ਜੋ ਆਪ ਜੀ ਨਾਲ ਗੱਲ ਕਰਨਗੇ ਪ੍ਰੋਫੈਸਰ ਮਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਚੇਅਰਮੈਨ ਸਾਹਿਬ ਸਰਦਾਰ ਹਰਿੰਦਰਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਐਰਕਾ ਦੂਜੀ ਵਾਰ ਮੈਨੂੰ ਆਪ ਜੀ ਵਿਦਵਾਨ ਸੱਜਣਾਂ ਦੇ ਭੈਣਾਂ ਦੇ ਵੀਰਾਂ ਦੇ ਦਰਸ਼ਨ ਕਰਕੇ ਆਪ ਜੀ ਦੀ ਸੰਗਤ ਮਾਨਣ ਦਾ ਜਿਹੜਾ ਮਾਣ ਹੈ ਉਹ ਬਖਸ਼ਿਆ, ਕਿ ਮੈਂ ਆਪ ਜੀ ਦੇ ਵਿੱਚ ਆਪ ਜੈਸੇ ਵਿਦਵਾਨਾਂ ਦੇ ਵਿੱਚ ਆਪਣੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਲਈ ਇੱਥੇ ਆਈ ਹਾਂ। ਇੱਕ ਵਾਰ ਫਿਰ ਮੈਂ ਵੀਰ ਜੀ ਦਾ ਧੰਨਵਾਦ ਕਰਦੀ ਹਾਂ, ਇੱਕ ਧੰਨਵਾਦ ਇੱਥੇ ਬੁਲਾਉਣ ਦਾ ਅਤੇ ਦੂਜਾ ਧੰਨਵਾਦ ਜਦੋਂ ਵੀ ਕਿਸੇ ਸਪੀਕਰ ਨੇ ਬੋਲਣਾ ਹੁੰਦਾ। ਅਤੇ ਜਿਵੇਂ ਇੱਕ ਕਿਸਾਨ ਖੇਤੀ ਵਿੱਚ ਬੀਜ ਬੀਜਣ ਤੋਂ ਪਹਿਲਾਂ ਜਿਹੜੀ ਜ਼ਮੀਨ ਹੈ ਉਹਨੂੰ ਪੱਧਰੀ ਕਰ ਦਿੰਦਾ, ਉਸੇ ਪ੍ਰਕਾਰ ਹੀ ਵੀਰ ਜੀ ਦੀ ਇਹ ਵਿਲੱਖਣਤਾ ਹੈ ਕਿ ਜਦੋਂ ਕਿਸੇ ਨੇ ਬੋਲਣਾ ਹੁੰਦਾ ਉਹਦੇ ਲਈ ਜ਼ਮੀਨ ਜਿਹੜੀ ਹੈ ਉਹ ਵਾਹ ਕੇ ਉਹਦੇ ਉੱਪਰ ਸੁਹਾਗਾ ਫੇਰ ਦਿੰਦੇ ਨੇ, ਤਾਂ ਕਿ ਜਿਹੜੇ ਆਉਣ ਵਾਲੇ ਨੇ ਉਹਨਾਂ ਨੂੰ ਬੀਜ ਬੀਜਣਾ ਸੌਖਾ ਲੱਗੇ। ਮੇਰਾ ਅੱਜ ਦਾ ਬੋਲਣ ਦਾ ਜੋ ਵਿਸ਼ਾ ਹੈ ਉਹ ਦਸਵੰਧ ਹੈ। ਦਸਵੰਧ ਦਾ ਭਾਵ ਹੈ ਆਪਣੀ ਕਿਰਤ ਕਮਾਈ ਵਿੱਚੋਂ ਧਰਮ ਦੇ ਨਿਮਿੱਤ ਕੱਢਿਆ ਹੋਇਆ ਦਸਵਾਂ ਹਿੱਸਾ, ਉਸ ਨੂੰ ਦਸਵੰਧ ਕਿਹਾ ਗਿਆ। ਗੁਰੂ ਨਾਨਕ ਸਾਹਿਬ ਜੀ ਜਦੋਂ ਇਸ ਧਰਤੀ 'ਤੇ ਆਏ ਨੇ, ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਗੁਰੂ ਸਾਹਿਬ ਜੀ ਜਦੋਂ ਇਸ ਦੁਨੀਆਂ ਦੇ ਵਿੱਚ ਆਏ ਨੇ ਤਾਂ ਉਹਨਾਂ ਨੇ ਆਪਣਾ ਚਾਰ ਚੁਫੇਰਾ ਵਿਲਕਦਾ ਵੇਖਿਆ, ਤੜਫਦਾ ਵੇਖਿਆ, ਧਰਤੀ ਨੂੰ ਪੁਕਾਰ ਕਰਦੀ ਜਦੋਂ ਵੇਖਿਆ, ਅਤੇ ਗੁਰੂ ਸਾਹਿਬ ਦਾ ਜਿਹੜਾ ਅੰਦਰਲਾ ਪਣ ਸੀ ਉਹ ਵਿੰਨਿਆ ਗਿਆ। ਅਤੇ ਗੁਰੂ ਸਾਹਿਬ ਜੀ ਨੇ ਇਸ ਸਮਾਜ ਨੂੰ ਇੱਕ ਚੰਗਾ ਰੂਪ ਦੇਣ ਦੇ ਲਈ ਜੋ ਉਪਰਾਲੇ ਕੀਤੇ ਉਹਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂਗੋ ਕਿ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਇਸ ਸਮਾਜ ਨੂੰ ਸਵਾਰਨ ਦੇ ਵਿੱਚ ਲਗਾ ਦਿੱਤਾ। ਜੇਕਰ ਅੱਜ ਹਿੰਦੁਸਤਾਨ ਦੀ ਤਸਵੀਰ ਵੱਲ ਝਾਤ ਮਾਰੀਏ, ਇਹਦੀ ਭਾਵੇਂ ਸਮਾਜਿਕ ਅਵਸਥਾ ਭਾਵੇਂ ਆਰਥਿਕ ਹੈ, ਇਹਨਾਂ ਦੋਵਾਂ ਦੇ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਵੱਡਾ ਯੋਗਦਾਨ ਹੈ। ਸਿੱਖਾਂ ਨੇ ਜਾਂ ਲੋਕਾਂ ਨੇ ਕਿਵੇਂ ਰਹਿਣਾ, ਕੀ ਖਾਣਾ ਪੀਣਾ, ਉਹਨਾਂ ਨੇ ਆਪਣੀ ਰੱਖਿਆ ਕਿਵੇਂ ਕਰਨੀ ਹੈ, ਇਹ ਜਾਰੇ ਸਾਰੇ ਜਿਹੜੇ ਸਿਧਾਂਤ ਨੇ ਇਹ ਗੁਰੂ ਘਰ ਦੀ ਦੇਣ ਨੇ। ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਜਗਤ ਦੇ ਵਿੱਚ ਆ ਕੇ ਜਗਤ ਦਾ ਹਾਲ ਵੇਖਿਆ ਅਤੇ ਉਹਨਾਂ ਨੇ ਜਗਤ ਨੂੰ ਚੰਗੇ ਰਸਤੇ 'ਤੇ ਸਚਿਆਰ ਮਾਰਗ ਦਾ ਪੰਧੀ ਬਣਾਉਣ ਦੇ ਲਈ ਜੋ ਵਿਚਾਰ ਰੱਖੇ ਨੇ ਉਹ ਗੁਰਬਾਣੀ ਦੇ ਵਿੱਚ ਮੌਜੂਦ ਨੇ ਕਿ ਗੁਰੂ ਸਾਹਿਬ ਜੀ ਕਿਵੇਂ ਦੁਨੀਆ ਨੂੰ ਸੱਚ ਦੇ ਨਾਲ ਜੋੜਦੇ ਨੇ, ਆਪਣੇ ਸਰੀਰ ਦੇ ਨਾਲ ਜਾਂ ਆਪਣੇ ਨਾਮ ਦੇ ਨਾਲ ਨਹੀਂ ਜੋੜਦੇ, ਭਾਵ ਕਿ ਸਿੱਧਾ ਅਕਾਲ ਪੁਰਖ ਦੇ ਨਾਲ ਜੋੜਦੇ ਨੇ। ਗੁਰੂ ਸਾਹਿਬ ਜੀ ਸੱਜਣ ਦੇ ਕੋਲ ਜਾਂਦੇ ਨੇ, ਸੱਜਣ ਜੋ ਇੱਕ ਠੱਗ ਹੈ। ਹੁਣ ਇੱਥੇ ਗੱਲ ਮੈਂ ਕਰਨ ਲੱਗੀ ਹਾਂ ਵਿਚਾਰ ਦੀ ਜਾਂ ਗਿਆਨ ਦੀ, ਅਤੇ ਗੁਰੂ ਸਾਹਿਬ ਦੇ ਦਾ ਰਾਬਤਾ ਜਿਹੜਾ ਮੇਲ ਹੈ ਉਹ ਸਿੱਧਾ ਸੱਜਣ ਦੇ ਨਾਲ ਹੁੰਦਾ। ਹੁਣ ਜੇਕਰ ਗੱਲ ਸਰੀਰ ਦੀ ਹੁੰਦੀ ਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਿਹੜਾ ਸੱਜਣ ਉਹ ਪੈਰਾਂ ਦੇ ਉੱਤੇ ਡਿੱਗ ਪੈਂਦਾ, ਪਰੰਤੂ ਹੋਇਆ ਇੱਦਾਂ ਨਹੀਂ। ਸੱਜਣ ਨੇ ਇੱਕ ਕਮਰਾ ਰਿਹਾਇਸ਼ ਲਈ ਦਿੱਤਾ ਹੈ ਗੁਰੂ ਸਾਹਿਬ ਨੂੰ, ਅਤੇ ਆਪ ਜਿਹੜਾ ਉਹਦਾ ਕਾਲਾ ਕਰਮ ਸੀ ਜੋ ਕਰਦਾ ਸੀ ਲੋਕਾਂ ਨੂੰ ਮਾਰਨ ਦਾ, ਉਸ ਪਾਸੇ ਲੱਗ ਗਿਆ ਕਿ ਹੁਣ ਮੈਂ ਇਹਨਾਂ ਨੂੰ ਕਿਵੇਂ ਮਾਰਨਾ। ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਨੇ ਅਤੇ ਗੁਰੂ ਸਾਹਿਬ ਜੀ ਸ਼ਬਦ ਦਾ ਗਾਇਨ ਕਰਦੇ ਨੇ ਕਿ ਉਜਲ ਕਿਹਾ ਚਿਲਕਣਾ, ਘੋਟਮ ਕਲੜੀ ਮਸ, ਧੋਤਿਆਂ ਮੈਲ ਨਾ ਉਤਰੇ ਜੇ ਹੋ ਧੋਵਾਂ ਤਿਸ। ਇਹ ਸ਼ਬਦ ਦਾ ਗਾਇਨ ਹੁੰਦਾ, ਵਿਚਾਰ ਆਉਂਦੀ ਹੈ, ਇਹ ਸ਼ਬਦ ਸੱਜਣ ਦੇ ਕੰਨਾਂ ਵਿੱਚ ਪੈਂਦੇ ਨੇ ਅਤੇ ਉਹ ਆ ਕੇ ਪੈਰਾਂ ਦੇ ਉੱਤੇ ਡਿੱਗ ਪੈਂਦਾ। ਇਹ ਜਿਹੜਾ ਇਹ ਜਿਹੜੀ ਇੱਕ ਸਾਖੀ ਜਾਂ ਇੱਕ ਝਾਕੀ ਹੈ, ਬਹੁਤ ਸਾਰੀਆਂ ਗੁਰੂ ਸਾਹਿਬ ਦੇ ਜੀਵਨ ਵਿੱਚ ਸਾਖੀਆਂ ਨੇ। ਗੁਰੂ ਸਾਹਿਬ ਨੇ ਹਰਿਦੁਆਰ ਜਾ ਕੇ ਪੰਡਤਾਂ ਨੂੰ ਇਹ ਨਹੀਂ ਕਿਹਾ ਕਿ ਸੂਰਜ ਨੂੰ ਪਾਣੀ ਕਿਉਂ ਦੇ ਰਹੇ ਹੋ, ਭਾਈ ਸੂਰਜ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ, ਕਿਸੇ ਨੂੰ ਰੋਕਿਆ ਕਿਸੇ ਨੂੰ ਟੋਕਿਆ ਨਹੀਂ, ਭਾਵ ਕਿ ਆਪ ਜ਼ਮੀਨ ਦੇ ਵਿੱਚ ਪਾਣੀ ਦੇਣ ਲੱਗ ਪਏ। ਜਿਹੜਾ ਉਹਨਾਂ ਦਾ ਮੇਨ ਫਲਸਫਾ ਸੀ ਉਹ ਲੋਕਾਂ ਨੂੰ ਸੱਚ ਦੇ ਨਾਲ ਜੋੜਨਾ ਸੀ। ਸੱਚ ਹੈ ਉਰੋ
सब को उपर सच आचार गली असी चंगियां आचारी बुरियां जड़ियां आचार विच असी बुरियां सी ओनू चंगियां करना सी इहदे लई जो पहला स्टैप सी ओह सी किरत दा। हिंदुस्तान दे लोक किरती नहीं सन वेलर सन मंगते सन दो श्रेणियां सन एक सी खो के खाण वालियां एक सी झपट के खाण वालियां ते जिहड़ा आम वर्ग सी ओह पिसिया होया सी। जिहड़े मुगल सन ओह जोर जबरी खो के लै जांदे सन ते जिहड़े पुरोहित सन ओह दान दा इन्ना वड्डा उहनां ने करूप रूप पेश कीता सी कि जेकर तुसी दान नहीं देवोगे ते तुहानूं मुक्ति नहीं मिलेगी। एक निकी जी सूई तो लैके हाथी तक एक दुध दी गां तो लैके औरत तक दा जिहड़ा जान दान सी ओह पुरोहित लिया करदे सन। पर दान दे विच स्वार्थ है, जिहड़ा दान दे रहा है ओहदा इह स्वार्थ है कि मैं मुक्त होना है। जिहड़ा दान लै रहा है ओहदा इह स्वार्थ है कि मैं अमीर होना, मैं अपनिया जिन्नियां वी वित्ती अपनिया लोड़ां ने उहनां नूं इहनां कोलों लैके पूरा करना है। जदों बाबा जी ने गुरु नानक साहब जी ने इह कुछ वेख्या है ते उन्होंने लोगों नू किरत वाले पासे जोड़िया, क्योंकि जिहड़ा किरती होएगा वह आप भी रजेगा ते नाल दूजिया नू भी रजाएगा। गुरु साहब जी का सोरठ राग दे विच शब्द है, मन हाली किरसाणी करनी सरम पाणी तन खेत नाम बीज संतोख सुहागा रख गरीबी वेस पाओ भगत कर जम सी से कर पागठ देख बाबा माया साथ ना होए इस माया जग मोहया विरला बूझे कोए। कि ये जिहड़ी माया है इन्ने साथ नहीं जाना। अपने जिहड़े मन नू हल बना, अपनी मन नू हल बना के ये खेती कर। ये शब्द दे विच चार पदे ने जिहड़े वंज दे नाल सौदागरी व्यापार दे नाल संबंधित ने। चार दे चार जिहड़े किते ने इस सोरठ राग दे शब्द दे विच गुरु साहब जी ने बयान किते ने। दूजे पासे जिहड़े लुटदे पए ने उहनां नूं इह समझाउंदे ने कि साडे तन दे कपड़े दे उत्ते जेकर ब्लड लग जावे, लहू जां खून लग जावे ते असीं उहनूं उतार के सुट दिंदे आं कि इह पलीत हो गया। परंतु जिहड़ा तुसीं लोकां दा खून निचोड़ के उहनां दी जिहड़ी दसां नौहां दी किरत है उहनूं खा रहे हो, जित लग रत लागे कपड़े जामा होए पलीत जोरत पीवे मानसा तिन क्यों निर्मल चीत। वह कहिंदे फिर तुहाडे जिहड़े हिरदे ने जिहड़े तुहाडे मन ने इह किवें पवित्र ने जो तुसीं लोकां दा जिहड़ा खून है वह निचोड़ के पी रहे हो। गुरु साहब जी ने काल खाए किस हथों दे नानक राह पछाणे से के काल कमाई करो आप खाओ ते दूजियां नूं खवाओ। ते जिहड़ा इह सच दा मार्ग है, जपजी साहब की पहली पौड़ी की स्टार्टिंग होंदी है कि किव सच्यारा होई है किव कूड़े टुटे पाल। नाल ही इहदा जवाब है कि किवें होना है, हुक्म रजाई चलना नानक लिखिया नाल हुक्म मन्नै होवै परवान सो खसमे का महल पाए सी। हुक्म दे अनुसार चलना है, केड़ा हुक्म जो सानू अकाल पुरख दे नाल जोड़दा है, जो सानू अपनी देह दे नाल नहीं केवल ते केवल अकाल पुरख दे नाल जोड़दा। जो किरती होवेगा उहदे मन विच दया सबर ते संतोख दा जन्म होएगा। ओह दूजियां दे लई दया वाले मन दे नाल सोचेगा। एक भला पुरख नदी दे किनारे सफर करदा पिया ते नदी दे विच एक बिच्छू है जो डुबदा पिया ते उहनूं बचाउण दे लई बैठ जांदा। बिच्छू डुबदा उहनूं हथ नाल फड़दा ते बिच्छू हथ ते डंग मारदा। ओह डंग जदों वजदा हथ दे उत्ते डसदा ते उस दर्द दे नाल हथों छुट के फिर पानी च डिग पैंदा। इह दो तीन वार किरिया हुंदी ते कोल दी इक होर जिहड़ा पुरख है उह लंघदा पिया कहिंदा भाई मैनूं तेरी समझ नहीं आ रही कि बिच्छू नूं तूं कढ़दा है उह तैनूं कटदा है उह तेरे हथों फिर डिग पैंदा ते उहनूं छड्ड दे। उह कहिंदा भी इह किवें, कहिंदा उह छोटा जिहा जीव है उह अपना कर्म नहीं छड्डदा पिया, उहदा कर्म है डंगणा ते मेरा
ਕਰਮ ਹੈ ਡੁੱਬਦਿਆਂ ਨੂੰ ਬਚਾਉਣਾ ਜੇ ਛੋਟਾ ਜਿਹਾ ਜਿਹੜਾ ਜੀਵ ਹੈ ਉਹ ਆਪਣਾ ਕਰਮ ਨਹੀਂ ਛੱਡਦਾ ਤੇ ਮੈਂ ਪੁਰਖ ਹੋ ਕੇ ਕਿਵੇਂ ਛੱਡ ਦਵਾਂ ਕਿਉਂਕਿ 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਪਰਮਾਤਮਾ ਨੇ 84 ਲੱਖ ਜੋਨਾਂ ਦਾ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿੱਕਦਾਰੀ ਕਿ ਜਿੰਨੇ ਵੀ ਜੀਵ ਜੰਤੂ ਨੇ ਉਹ ਮੇਰੇ ਪਾਣੀ ਹਾਰ ਨੇ ਮੈਂ ਸਾਰਿਆਂ ਦਾ ਸਰਦਾਰ ਹਾਂ ਫਿਰ ਮੇਰਾ ਫਰਜ਼ ਹੈ ਕਿ ਮੈਂ ਇਸ ਨੂੰ ਬਚਾਵਾਂ ਗੁਰੂ ਸਾਹਿਬ ਜੀ ਨੇ ਕਿਰਤ ਦੇ ਕੇ ਜੀਵ ਦੇ ਮਨ ਦੇ ਵਿੱਚ ਦਇਆ ਜਿਹੜੀ ਹੈ ਉਹ ਦੇ ਦਿੱਤੀ ਜਿਹੜਾ ਹੱਥ ਦੇ ਨਾਲ ਕਿਰਤ ਕਰੇਗਾ ਉਹ ਕਿਰਤੀ ਹੁੰਦਿਆਂ ਹੁੰਦਿਆਂ ਸੰਤ ਤੇ ਸਿਪਾਹੀ ਦਾ ਜਿਹੜਾ ਰੂਪ ਹੈ ਉਹ ਧਾਰਨ ਕਰਦਾ ਜਾਵੇਗਾ ਹਿੰਦੁਸਤਾਨ ਦੀ ਲੋਕਾਈ ਨੂੰ ਗੁਰੂ ਸਾਹਿਬ ਜੀ ਨੇ ਦੋ ਵਕਤ ਦੀ ਰੋਟੀ ਜਦੋਂ ਤੁਸੀਂ ਧਰਮ ਦਾ ਇਤਿਹਾਸ ਪੜ੍ਹੋ ਜਾਂ ਹਿੰਦੁਸਤਾਨ ਦਾ ਇਤਿਹਾਸ ਪੜ੍ਹੋ ਤੇ ਉਹਦੇ ਵਿੱਚੋਂ ਇਹ ਜਾਣਕਾਰੀ ਮਿਲਦੀ ਹੈ ਕਿ ਹਿੰਦੁਸਤਾਨ ਦੇ ਲੋਕਾਂ ਦੇ ਘਰ ਵਿੱਚ ਦੋ ਵਕਤ ਦਾ ਅੰਨ ਨਹੀਂ ਸੀ ਹੁੰਦਾ ਖਾਣ ਦੇ ਲਈ ਕਿਉਂਕਿ ਉਹ ਹੱਥੀਂ ਕਿਰਤ ਕਰਨ ਦੀ ਉਹਨੂੰ ਆਦਤ ਨਹੀਂ ਸੀ ਸੋ ਗੁਰੂ ਸਾਹਿਬਾਨ ਨੇ ਜਿਹੜੀ ਇਹ ਦਾਤ ਹੈ ਕਿ ਕਿਰਤ ਕਰਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਜਿਹੜੇ ਵਿਹਲੜ ਸਾਧ ਸਨ ਉਹ ਕਹਿੰਦੇ ਸੀ ਜਗਤ ਤੋਂ ਉਪਰਾਮ ਹੋ ਜਾਓ ਤੁਹਾਨੂੰ ਮੁਕਤੀ ਨਹੀਂ ਮਿਲੇ ਸੀ ਮਿਲੇਗੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਗਲ ਧਰਮ ਹੈ ਗ੍ਰਹਿਸਥ ਪ੍ਰਧਾਨ ਹੈ ਜੇ ਗ੍ਰਹਿਸਥ ਦੀ ਪ੍ਰਧਾਨਤਾ ਹੈ ਤੇ ਉਹਦੇ ਨਾਲ ਕਿਰਤ ਦੀ ਪ੍ਰਧਾਨਤਾ ਆਏਗੀ ਕਿਰਤ ਤੋਂ ਬਾਅਦ ਵੰਡ ਛਕਣਾ ਜੋ ਸਾਡੇ ਸਮਾਜ ਦੇ ਵਿੱਚ ਅਮੀਰ ਤੇ ਗਰੀਬ ਦੋ ਵਰਗ ਨੇ ਇਹਨਾਂ ਦੀ ਜੇਕਰ ਤੁਸੀਂ ਸੂਖਮ ਜਾਂ ਇਹਨਾਂ ਦੀ ਗੰਭੀਰਤਾ ਦੇ ਨਾਲ ਵਿਚਾਰ ਕਰਕੇ ਵੇਖੋ ਤੇ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਕਿ ਇੱਕੋ ਪਿਤਾ ਹੈ ਅਸੀਂ ਸਾਰੀ ਉਹਦੀ ਔਲਾਦ ਹਾਂ ਇੱਕ ਅਰਬਾਂ ਪਤੀ ਹੈ ਤੇ ਇੱਕ ਦੀ ਜੇਬ ਵਿੱਚ 100 ਰੁਪਈਆ ਵੀ ਨਹੀਂ ਇੱਕ ਦੇ ਘਰਾਂ ਦੇ ਵਿੱਚ ਕੀਮਤੀ ਪੱਥਰ ਲੱਗੇ ਨੇ ਮਹਿਲ ਮੁਨਾਰੇ ਉਹਦੇ ਬਣੇ ਹੋਏ ਨੇ ਤੇ ਇੱਕ ਦੇ ਘਰ ਵਿੱਚ ਬਸਤਾ ਟੁੱਟੀ ਝੌਂਪੜੀ ਹੈ ਉਹ ਟੁੱਟੀ ਹੋਈ ਝੌਂਪੜੀ ਦੇ ਵਿੱਚ ਆਪਣਾ ਜੀਵਨ ਬਸਰ ਕਰਦਾ ਪਿਆ ਸਾਰੇ ਧਰਮਾਂ ਦੇ ਪੈਗੰਬਰਾਂ ਨੇ ਭਾਵੇਂ ਉਹ ਈਸਾਈ ਹੈ ਭਾਵੇਂ ਉਹ ਯਹੂਦੀ ਹੈ ਭਾਵੇਂ ਉਹ ਇਸਲਾਮ ਹੈ ਹਿੰਦੂ ਹੈ ਜਾਂ ਸਿੱਖ ਹੈ ਸਾਰੇ ਦੇ ਸਾਰੇ ਧਰਮਾਂ ਦੇ ਪੈਗੰਬਰਾਂ ਨੇ ਜ਼ਕਾਤ ਜਾਂ ਟੈਕਸ ਦੇ ਰੂਪ ਦੇ ਵਿੱਚ ਟੈਕਸਾਂ ਸਰਕਾਰ ਲੈਂਦੀਆਂ ਨੇ ਪਰੰਤੂ ਜਿਹੜਾ ਕੁਝ ਆਪਣੀ ਆਮਦਨ ਦੇ ਵਿੱਚੋਂ ਧਰਮ ਦੇ ਸਾਰਥਕ ਰੂਪ ਦੇ ਲਈ ਜਿਹੜੀ ਕਮਾਈ ਦਾ ਹਿੱਸਾ ਹੈ ਉਹ ਧਰਮ ਦੇ ਜਿਹੜੇ ਪੈਗੰਬਰ ਨੇ ਉਹ ਮੰਨਦੇ ਨੇ ਇਸ ਦੇਸ਼ ਦੇ ਵਿੱਚ ਹਜ਼ਾਰਾਂ ਕਾਰਖਾਨੇ ਅਤੇ ਹਜ਼ਾਰਾਂ ਮਿੱਲਾਂ ਚੱਲਦੀਆਂ ਨੇ ਜੋ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਪਈਆਂ ਨੇ ਪਰੰਤੂ ਕੁਝ ਉਹ ਲੋੜਾਂ ਨੇ ਜੋ ਸਰਕਾਰਾਂ ਨੂੰ ਅਤੇ ਸਰਕਾਰ ਦੇ ਕਰਿੰਦਿਆਂ ਨੂੰ ਦਿਖਾਈ ਨਹੀਂ ਦੇ ਰਹੀਆਂ ਉਹ ਉਹਨਾਂ ਬੰਦਿਆਂ ਨੂੰ ਦਿਖਾਈ ਦਿੰਦੀਆਂ ਨੇ ਜਿਨ੍ਹਾਂ ਦੀ ਜਿਹੜੀ ਪ੍ਰਤਿਭਾ ਹੈ ਉਹ ਬਹੁਤ ਉੱਚੀ ਹੈ ਜੋ ਪ੍ਰਤਿਭਾਸ਼ਾਲੀ ਨੇ ਹਿੰਦੁਸਤਾਨ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਪਾਗਲ ਨੌਜਵਾਨ ਅਤੇ ਪਾਗਲ ਔਰਤਾਂ ਤੁਰੀਆਂ ਫਿਰਦੀਆਂ ਨੇ ਉਹਨਾਂ ਨੂੰ ਸਾਂਭਣ ਵਾਲਾ ਜਾਂ ਉਹਨਾਂ ਨੂੰ ਦਾਖਲ ਕਰਨ ਵਾਲਾ ਕੋਈ ਹਸਪਤਾਲ ਨਹੀਂ ਜੋ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੀ ਜਾਂ ਹੈ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਦੇ ਵਿੱਚ ਅਜਿਹੇ ਮਨੁੱਖਾਂ ਦੇ ਲਈ ਜੋ ਕੋੜੀ ਸਨ ਜਾਂ ਪਾਗਲ ਸਨ ਜਾਂ ਲੂਲੇ ਲੰਗੜੇ ਸਨ ਉਹਨਾਂ ਦੇ ਲਈ ਤਰਨ ਤਾਰਨ ਦੇ ਵਿੱਚ ਇੱਕ ਜਿਹੜਾ ਹਸਪਤਾਲ ਨਾਮੀ ਇੱਕ ਜਿਹੜਾ ਆਸ਼ਰਮ ਸੀ ਉਹ ਖੋਲ੍ਹਿਆ ਉਹਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਸਨ ਉਹ ਰੱਖ ਕੇ ਉਹਨਾਂ ਦਾ ਇਲਾਜ ਦਵਾਖਾਨੇ ਦੇ ਰਾਹੀਂ ਗੁਰੂ ਘਰ ਵੱਲੋਂ ਦਵਾਖਾਨੇ ਖੋਲ੍ਹੇ ਗਏ ਉਹਨਾਂ ਦਵਾਵਾਂ ਦੇ ਰਾਹੀਂ ਰੋਗੀਆਂ ਦਾ ਇਲਾਜ ਹੋਣ ਲੱਗਾ ਪਰੰਤੂ ਅੱਜ ਦੀ ਦੁਨੀਆਂ ਦੇ ਵਿੱਚ ਅਜੋਕੇ ਯੁੱਗ ਦੇ ਵਿੱਚ ਕੋਈ ਵੀ ਇਹੋ ਜਿਹਾ ਸਥਾਨ ਨਹੀਂ ਹੈ ਜਿੱਥੇ ਲੂਲੇ ਲੰਗੜੇ ਅੰਨੇ ਕਾਣੇ ਜਾਂ ਸਰੀਰਕ ਪੱਖੋਂ ਕੋਈ ਵੀ ਅਪਾਹਜ ਜਿਹੜੇ ਬੰਦੇ ਨੇ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਰੋਟੀ ਦੇ ਕੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ ਭਗਤ ਪੂਰਨ ਸਿੰਘ ਜੀ ਨੇ ਆਪਣਾ ਜੀਵਨ ਬਹੁਤ ਸਾਰੀਆਂ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਕਿ ਕਿਵੇਂ ਉਹ ਸਿੱਖ ਬਣੇ ਇੱਕ ਨੌਨ ਸਿੱਖ ਸਨ ਅਤੇ ਆਪਣੇ ਅੱਖੀਂ ਜਿਹੜਾ ਉਹਨਾਂ ਦੇ ਨਾਲ ਜਿਹੜੀ ਵਾਰਤਾ ਹੋਈ ਕਿ ਗੁਰਦੁਆਰਾ ਜਿਹੜਾ ਡੇਰਾ ਸਾਹਿਬ ਲਾਹੌਰ ਹੈ ਉਹਦੇ ਬਾਹਰ ਕੋਈ 14 ਸਾਲ ਦਾ ਇੱਕ ਬੱਚਾ ਛੱਡ ਗਿਆ ਜਿਹਦੀਆਂ ਦੋਵਾਂ ਲੱਤਾਂ ਨਕਾਰਾਂ ਸਨ ਨਾ ਕੰਨਾਂ ਤੋਂ ਸੁਣ ਸਕਦਾ ਸੀ ਨਾ ਮੂੰਹ ਤੋਂ ਬੋਲ ਸਕਦਾ ਸੀ ਇੱਕ ਹੱਥ ਵੀ ਨਕਾਰਾ ਸੀ ਜਿਹੜਾ ਦੂਜਾ ਹੱਥ ਸੀ ਉਹ ਵੀ ਗੁੱਟ ਤੋਂ ਨਕਾਰਾ ਸੀ ਭਾਵ ਕਿ ਸਰੀਰਕ ਇੱਕ ਜਾਨ ਸੀ ਹੋਰ ਉਹਦੇ ਵਿੱਚ ਕੁਝ ਨਹੀਂ ਸੀ ਉਹਦੇ ਘਰ ਦੇ ਉਹਨੂੰ ਉੱਥੇ ਛੱਡ ਗਏ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ ਅਤੇ ਜਿਹੜਾ ਗੁਰਦੁਆਰੇ ਦਾ ਗ੍ਰੰਥੀ ਸੀ ਉਹਨੇ ਉਸ ਬੱਚੇ ਨੂੰ ਚੁੱਕਿਆ ਅਤੇ ਉਸ ਬੱਚੇ ਨੂੰ ਚੁੱਕ ਕੇ
ਉਹਨੂੰ ਇੱਕ ਬਿਸਤਰ ਦੇ ਉੱਤੇ ਪਾਇਆ ਤੇ ਉਹਦੀ ਦੇਖਭਾਲ ਕਰਦੇ ਰਹੇ। ਭਗਤ ਪੂਰਨ ਸਿੰਘ ਜੀ ਉੱਥੇ ਰਹਿੰਦੇ ਸਨ, ਉਹਨਾਂ ਨੇ ਉਸ ਬੱਚੇ ਦੀ ਸੇਵਾ ਦੀ ਜ਼ਿੰਮੇਵਾਰੀ ਚੁੱਕ ਲਈ। ਇਹ ਗੱਲ 1934 ਦੀ ਹੈ। 1947 ਦੇ ਵਿੱਚ ਦੇਸ਼ ਵੰਡਿਆ ਗਿਆ ਅਤੇ ਭਗਤ ਪੂਰਨ ਸਿੰਘ ਉਸ ਲੂਲੇ ਲੰਗੜੇ ਨੂੰ ਚੁੱਕ ਕੇ ਆਪਣੀ ਪਿੱਠ 'ਤੇ ਅੰਮ੍ਰਿਤਸਰ ਲੈ ਆਏ। ਅੰਮ੍ਰਿਤਸਰ ਆ ਗਏ ਪਰ ਰਹਿਣ ਲਈ ਕੋਈ ਥਾਂ ਨਹੀਂ ਹੈ ਜਿੱਥੇ ਉਹਨਾਂ ਰਹਿਣਾ। ਸਰਦੀਆਂ ਗਰਮੀਆਂ ਇੱਧਰ ਉੱਧਰ ਜਿਹੜਾ ਹੈ ਕੱਟਦੇ ਰਹੇ। ਅਖੀਰ ਮਾਸਟਰ ਤਾਰਾ ਸਿੰਘ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਇੱਕ ਜਗ੍ਹਾ ਲੈ ਕੇ ਜਿੱਥੇ ਅੱਜ ਪਿੰਗਲਵਾੜਾ ਸਥਾਪਿਤ ਹੈ। ਅਤੇ ਅੱਜ ਜੇਕਰ ਆਪਣੇ ਜੀਵਨ ਦੀ ਅਹਿਮੀਅਤ ਨੂੰ ਜਾਣਨਾ ਹੈ ਤਾਂ ਜ਼ਿੰਦਗੀ ਵਿੱਚ ਇੱਕ ਵਾਰ ਪਿੰਗਲਵਾੜੇ ਜ਼ਰੂਰ ਜਾਇਓ। ਉੱਥੇ ਉਹਨਾਂ ਲੋਕਾਂ ਨੂੰ ਵੇਖ ਕੇ ਸਾਨੂੰ ਆਪਣੇ ਜੀਵਨ ਦੀ ਅਹਿਮੀਅਤ ਪਤਾ ਲੱਗਦੀ ਹੈ ਕਿ ਪਰਮਾਤਮਾ ਨੇ ਸਾਨੂੰ ਕਿੱਡਾ ਵੱਡਾ ਗਿਫਟ ਸਾਡਾ ਸਰੀਰ ਸਾਨੂੰ ਦਿੱਤਾ ਹੈ। ਇੰਨੇ ਇੰਨੇ ਸੋਹਣੇ ਨੌਜਵਾਨ ਬੱਚੀਆਂ ਬੱਚੇ ਨੇ ਜਿਹੜੇ ਮੈਂਟਲੀ ਅਪਸਰਡ ਨੇ, ਕੋਈ ਸਰੀਰ ਤੋਂ ਅਪਾਹਿਜ ਹੈ, ਕੋਈ ਦਿਮਾਗ ਤੋਂ, ਕਿਸੇ ਨਾ ਕਿਸੇ ਸਰੀਰ ਦੀ ਟੋੜ, ਉਹਨਾਂ ਦੇ ਸਰੀਰ ਦੇ ਵਿੱਚ ਜਿਹੜੀ ਕੋਈ ਨਾ ਕੋਈ ਕਮੀ ਹੈ ਜਿਹਦਾ ਕਰਕੇ ਉੱਥੇ। ਪਰ ਧੰਨ ਉਹ ਨੇ ਜਿਹੜੇ ਉਹਨਾਂ ਦੀ ਦੇਖਭਾਲ ਕਰਦੇ ਨੇ। ਸਾਡੇ ਵਰਗੇ 2 ਮਿੰਟ ਉੱਥੇ ਠਹਿਰ ਨਹੀਂ ਸਕਦੇ ਕਿਉਂਕਿ ਮਨ ਉੱਥੇ ਸਾਡਾ ਬੈਰਾਗ ਵਿੱਚ ਆ ਜਾਂਦਾ ਹੈ ਕਿ ਕੁਦਰਤ ਜਾਂ ਅਕਾਲ ਪੁਰਖ ਤੇਰਾ ਧੰਨ ਹੈ ਕਿ ਤੂੰ ਸਾਨੂੰ ਇਹੋ ਜਿਹਾ ਜਿਹੜਾ ਸਰੀਰ ਬਖਸ਼ਿਆ। ਉਹ ਇਹ ਸਾਰੇ ਦੇ ਸਾਰੇ ਜਿਹੜੇ ਕੰਮ ਨੇ ਇਹ ਦਸਵੰਧ ਦੇ ਦੁਆਰਾ ਚਲਾਏ ਜਾਂਦੇ ਨੇ। ਪਿੰਗਲਵਾੜੇ ਦਾ ਜਿਹੜਾ ਖਰਚਾ ਹੈ ਕਰੋੜਾਂ ਰੁਪਈਆਂ ਦੇ ਵਿੱਚ ਹੈ, ਪਰ ਉਹ ਗੁਰਸਿੱਖ ਜੋ ਆਪਣੀ ਕਮਾਈ ਦੇ ਵਿੱਚੋਂ ਹਰ ਮਹੀਨੇ ਜਾਂ 6 ਮਹੀਨੇ ਬਾਅਦ ਦਸਵੰਧ, ਸਿੱਖ ਨੂੰ ਹਦਾਇਤ ਸੀ ਕਿ ਆਪਣਾ ਦਸਵੰਧ ਇਕੱਠਾ ਕਰਕੇ ਗੁਰੂ ਘਰ ਦੇ ਨਿਮਿਤ ਖਰਚਣਾ। ਪਰ ਜੇਕਰ ਅੱਜ ਦੇ ਯੁੱਗ ਵੱਲ ਝਾਤ ਮਾਰੀਏ ਤੇ ਜੇ ਮੈਂ ਗਲਤ ਨਾ ਹੋਵਾਂ ਤੇ 98 ਤੋਂ 95% ਸਿੱਖ ਨੇ ਜਿਹੜਾ ਆਪਣੀ ਕਮਾਈ ਵਿੱਚੋਂ ਦਸਵੰਧ ਨਹੀਂ ਕੱਢਦੇ। ਜੇਕਰ ਅਸੀਂ ਦਸਵੰਧ ਕੱਢਦੇ ਹਾਂ ਤੇ ਅਸੀਂ ਲੰਗਰਾਂ ਦੇ ਲਈ ਜਾਂ ਗੁਰੂ ਘਰ ਦੀਆਂ ਇਮਾਰਤਾਂ ਦੇ ਲਈ ਜਾਂ ਇਹੋ ਜਿਹੜੇ ਦਿਖਾਈ ਦੇ ਸਕੇ ਜਿਹੜਾ ਕੰਮ ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਗੁਰਦੁਆਰੇ ਦੇ ਵਿੱਚ ਇੱਕ ਪੱਖਾ ਲਵਾ ਦਿੰਦੇ ਹਾਂ। ਪੱਖੇ ਦੇ 3 ਜਾਂ 4 ਪਰ ਹੁੰਦੇ ਨੇ, ਉਹਨਾਂ 4 ਪਰਾਂ ਦੇ ਉੱਤੇ ਸਾਰੇ ਖਾਨਦਾਨ ਦਾ ਨਾਮ ਉੱਕਰਿਆ ਹੁੰਦਾ ਹੈ ਕਿ ਫਲਾਣੇ ਸਿੰਘ ਨੇ ਆਪਣੇ ਪਿਤਾ ਦੀ, ਆਪਣੀ ਮਾਤਾ ਦੀ, ਆਪਣੇ ਭਰਾ ਦੇ, ਭਤੀਜੇ ਦੀ ਯਾਦ ਦੇ ਵਿੱਚ ਇਹ ਪੱਖਾ ਜਿਹੜਾ ਦਾਨ ਕਰਵਾਇਆ। ਪਰ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦਿਨ ਦੇ ਟੋਟ ਨਾ ਆਵਈ ਅਗੰਤ ਭਰੇ ਭੰਡਾਰ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ। ਕਿ ਅਸੀਂ ਤਾਂ ਭਿਖਾਰੀ ਹਾਂ ਤੇ ਤੂੰ ਸਾਡਾ ਦਾਤਾ ਹੈ। ਅਸੀਂ ਇੱਕ ਪੱਖਾ ਜਾਂ ਇੱਕ ਗੁਰਦੁਆਰੇ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਸਰਦਲਾਂ ਲੱਗੀਆਂ ਨੇ, ਪੱਥਰ ਦੇ ਜਿਹੜੇ ਵੱਡੇ ਵੱਡੇ ਮੀਨਾਰ ਲੱਗੇ ਨੇ, ਥੱਲੇ ਚਿਪਸਾਂ ਪਈਆਂ ਨੇ, ਉਹ ਪੱਥਰਾਂ ਦੀਆਂ ਸਲੇਟਾਂ ਦੇ ਉੱਤੇ ਆਪਣੇ ਨਾਮ ਲਿਖਾ ਕੇ ਅਸੀਂ ਕਹਿੰਦੇ ਮੇਰਾ ਹੈ। ਪਰ ਅਸੀਂ ਥੋੜ੍ਹਾ ਜਿਹਾ ਵੇਖੀਏ ਕਿ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਆਏ ਸੀ ਉਦੋਂ ਸਾਡੇ ਹੱਥ ਵਿੱਚ ਕੀ ਸੀ, ਕਿੰਨਾ ਕੁ ਖਜ਼ਾਨਾ ਦੇ ਕੇ ਭੇਜਿਆ ਸਾਨੂੰ ਅਕਾਲ ਪੁਰਖ ਨੇ ਜਿਹਨੂੰ ਅਸੀਂ ਕਹੀਏ ਕਿ ਮੇਰਾ ਖਾਲੀ ਹੱਥ ਸੀ। ਜਦੋਂ ਅਸੀਂ ਇਸ ਸੰਸਾਰ ਤੋਂ ਜਾਣਾ ਹੈ ਸਾਡੇ ਹੱਥ ਵਿੱਚ ਕੀ ਜਾਣਾ, ਇਹ ਵੀ ਨਹੀਂ ਪਤਾ ਕਿ ਸਾਡੇ ਸਰੀਰ ਨੂੰ ਲੱਕੜਾਂ ਵੀ ਮਿਲਣੀਆਂ ਜਾਂ ਕਫਨ ਵੀ ਮਿਲਣਾ, ਕਿ ਕਿੱਥੇ ਮਰਨਾ, ਕਿੰਨੇ ਸਾਡੇ ਸਰੀਰ ਨੂੰ ਚੁੱਕ ਕੇ ਸਾੜਨਾ, ਜਾਂ ਅਸੀਂ ਵੱਡੇ ਵੱਡੇ ਜਿਹੜੇ ਅਮੀਰ ਬਣੇ ਫਿਰਦੇ ਹਾਂ ਇੱਦਾਂ ਹੀ ਚਲੇ ਜਾਣਾ। ਕਿਉਂਕਿ ਗੁਰੂ ਸਾਹਿਬ ਦਾ ਜਿਹੜਾ ਇੱਕ ਫੁਰਮਾਨ ਹੈ ਕਿ ਅਸੀਂ ਇੱਥੋਂ ਜੇ ਉਹ ਅਸੀਂ ਬੀਜਦੇ ਹਾਂ, ਸੇ ਸੈਸ ਖਟੇ ਲੱਖ ਕੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸੇ ਪਾਵੇ, 1000 ਖੱਟਦੇ ਹਾਂ ਉਹਦੇ ਨਾਲ ਸਾਡਾ ਜਿਹੜਾ ਮਨ ਹੈ ਤ੍ਰਿਪਤ ਨਹੀਂ ਹੁੰਦਾ, ਅਸੀਂ ਲੱਖ ਵਾਲੇ ਪਾਸੇ ਦੌੜ ਪੈਂਦੇ ਹਾਂ, ਪੂੰਜੀਆਂ ਜਮ੍ਹਾਂ ਕਰਦੇ ਰਹਿੰਦੇ ਹਾਂ। 10 ਗੁਰੂ ਸਾਹਿਬਾਨ ਦਾ ਜੀਵਨ ਸਾਡੇ ਲਈ ਆਦਰਸ਼ਕ ਹੈ, ਜੋ ਅਸੀਂ ਜੇਕਰ ਕੋਈ ਸਾਡੇ ਲਈ ਰੋਲ ਮਾਡਲ ਹੈ ਉਹ ਸਾਡੇ ਗੁਰੂ ਸਾਹਿਬ ਨੇ। ਅਸੀਂ ਕਈ ਵਾਰ ਇਹ ਗੱਲ ਕਹਿ ਦਿੰਦੇ ਹਾਂ ਕਿ ਅੱਜ ਪੰਥ ਦੀ ਅਗਵਾਈ ਕਰਨ ਵਾਲਾ ਕੋਈ ਹੈ ਨਹੀਂ, ਕਿਉਂ, ਸਾਡੇ ਗੁਰੂ ਸਾਹਿਬ ਕਿੱਥੇ ਗਏ ਨੇ। ਅਸੀਂ ਅੱਜ ਕਹਿੰਦੇ ਹਾਂ ਕਿ ਕਈ ਗੀਤਕਾਰ ਗੀਤਾਂ ਦੇ ਵਿੱਚ ਲਿਖਦੇ ਨੇ ਆ ਜਾ ਬਾਬਾ ਨਾਨਕਾ, ਅਤੇ ਮੈਨੂੰ ਹਾਸਾ ਆ ਜਾਂਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਗਏ ਕਦੋਂ ਨੇ ਜੇ ਵਾਪਸ ਆਉਣ। ਉਹ ਸਾਡੇ ਬਾਣੀ ਦੇ ਵਿੱਚ, ਆਪਣੇ ਫਲਸਫੇ ਦੇ ਵਿੱਚ ਸਾਡੇ ਕੋਲ ਮੌਜੂਦ ਨੇ, ਪਰੰਤੂ ਅਸੀਂ ਉਹਨਾਂ ਨੂੰ ਵੇਖ ਨਹੀਂ ਸਕੇ। ਸਾਡੀ ਉਹ ਬਿਰਤੀ ਨਹੀਂ, ਅਸੀਂ ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਬਸ ਦਰਸ਼ਨ ਕੀਤਾ, ਪ੍ਰਸ਼ਾਦ ਲਿਆ, ਵਾਪਸ ਆ ਗਏ। ਪਰ ਸਿੱਖ ਦੇ ਕੁਝ ਫਰਜ਼ ਨੇ ਜੋ ਅਸੀਂ ਨਿਭਾ ਨਹੀਂ ਰਹੇ, ਉਹਨਾਂ ਫਰਜ਼ਾਂ ਦੀ ਕੁਤਾਹੀ ਜਿਹੜੀ ਹੈ ਉਹ ਸਾਨੂੰ ਆਪਣੇ ਧਰਮ ਤੋਂ ਦੂਰ ਲੈ ਕੇ ਜਾ ਰਹੀ ਹੈ। ਤੋ ਇਹ ਜਿਹੜੀ ਗੱਲ ਹੈ ਕਿ ਦਸਵੰਧ 10 ਗੁਰੂ ਸਾਹਿਬਾਨ ਨੇ ਨਗਰ ਵਸਾਏ ਨੇ, ਨਗਰਾਂ ਦੇ ਵਿੱਚ ਕਿੱਤੇਦਾਰ ਜਿਹੜੇ ਉਹ ਬਿਠਾਏ ਨੇ,
ਸਿੱਖ ਨੇ ਕਿਰਤ ਕੀ ਕਰਨੀ ਹੈ, ਕਿਹੋ ਜਿਹੀ ਕਰਨੀ ਹੈ, ਕਿਵੇਂ ਕਰਨੀ ਹੈ, ਕਿੱਥੇ ਜਾ ਕੇ ਕਰਨੀ ਹੈ, ਸਾਰੀ ਦੀ ਸਾਰੀ ਰੂਪ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜਿਹੜਾ ਮੈਂ ਮਨ ਹਾਲੀ ਕਿਰਸਾਨੀ ਵਾਲਾ ਸ਼ਬਦ ਬੋਲਿਆ, ਇਹਦੇ ਵਰਗੇ ਬਹੁਤ ਸਾਰੇ ਸ਼ਬਦ ਨੇ। ਫਿਰ ਜਿਹੜੀ ਸ਼ਰਤ ਰੱਖੀ ਹੈ ਕਿ ਕਿਰਤ ਵਿਰਤ ਕਰ ਧਰਮ ਦੀ, ਕਿਰਤ ਕਿਹਦੀ ਕਰਨੀ ਹੈ, ਧਰਮ ਦੀ, ਕਿਉਂਕਿ ਜਿਹੜਾ ਚੋਰ ਉਚੱਕਾ ਹੈ ਉਹ ਵੀ ਕਿਰਤ ਕਰਦਾ ਹੈ, ਉਹ ਵੀ ਕਹਿੰਦਾ ਕਿ ਮੈਂ ਕਿਰਤੀ ਹਾਂ। ਪਰ ਇੱਥੇ ਸ਼ਰਤ ਰੱਖੀ ਹੈ ਕਿ ਕਿਰਤ ਧਰਮ ਦੀ ਕਰਨੀ ਹੈ, ਧਰਮ ਦਾ ਭਾਵ ਇੱਕ ਨਿਯਮ ਦੇ ਵਿੱਚ ਰਹਿ ਕੇ ਸੱਚ ਦੀ ਕਮਾਈ ਕਰਨੀ ਹੈ, ਉਹ ਸੱਚ ਦੀ ਕਮਾਈ ਜੋ ਸਾਨੂੰ ਮਨੁੱਖਤਾ ਦੇ ਭਲੇ ਦੇ ਲਈ ਅਸੀਂ ਵਰਤਣੀ ਹੈ। ਇਸ ਸਮਾਜ ਦੇ ਵਿੱਚ, ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਪੀਰ ਪੈਗੰਬਰ ਆਏ ਨੇ। ਇੱਕ ਵਾਰ ਇੱਕ ਸਾਖੀ ਮਿਲਦੀ ਹੈ ਦਸਮ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਕਿ ਗੁਰੂ ਸਾਹਿਬ ਜੀ ਨਦੀ ਪਾਰ ਕਰਦੇ ਪਏ ਨੇ, ਬੇੜੀ ਦੇ ਵਿੱਚ ਸਵਾਰ ਨੇ, ਬੇੜੀ ਦੇ ਰਾਹੀਂ ਇੱਕ ਦਰਿਆ ਜਾਂ ਨਦੀ ਪਾਰ ਕਰ ਰਹੇ ਨੇ। ਇੱਕ ਜਿਹੜਾ ਸਿੱਧ ਹੈ ਉਹ ਬੇੜੀ ਤੋਂ ਬਗੈਰ ਪਾਣੀ ਦੇ ਉੱਤੇ ਤੈਰਦਾ ਆਉਂਦਾ, ਆਪਣੇ ਪੈਰਾਂ ਦੇ ਨਾਲ, ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਜਾਂ ਕੁਝ ਕਰਾਮਾਤਾਂ ਦੇ ਨਾਲ ਉਹ ਤੈਰਦਾ ਪਿਆ। ਜਦੋਂ ਨਦੀ ਪਾਰ ਹੋ ਜਾਂਦੀ ਹੈ, ਉਹ ਵਾਰ ਵਾਰ ਕਦੇ ਗੁਰੂ ਸਾਹਿਬ ਜੀ ਦੇ ਅੱਗੇ ਆਉਂਦਾ ਤੇ ਕਦੇ ਪਿੱਛੇ ਆਉਂਦਾ। ਜਦੋਂ ਨਦੀ ਪਾਰ ਹੋ ਰਹੀ ਹੈ, ਗੁਰੂ ਸਾਹਿਬ ਉਹਦੇ ਵੱਲ ਕੋਈ ਧਿਆਨ ਨਹੀਂ, ਕੋਈ ਤਵੱਜੋ ਨਹੀਂ ਦੇ ਰਹੇ ਕਿ ਇਹ ਕੌਣ ਹੈ, ਜਾਂ ਹੈਰਾਨ ਹੋਣ ਵੀ ਇਹ ਜਿਹੜਾ ਪਾਰ ਕਰਦਾ ਪਿਆ। ਨਦੀ ਬੇੜੀ ਤੋਂ, ਬੇੜੀ ਵਾਲੇ ਨੂੰ ਇੱਕ ਪੈਸਾ ਦਿੰਦੇ ਨੇ ਤੇ ਉਹਦੀ ਜੋ ਉਹਦੀ ਭੇਟਾ ਸੀ, ਉਹਨੇ ਜੋ ਕੀਮਤ ਲੈਣੀ ਸੀ ਨਦੀ ਪਾਰ ਕਰਾਉਣ ਦੀ, ਇੱਕ ਪੈਸਾ ਦੇ ਕੇ ਆਪ ਉੱਤਰ ਜਾਂਦੇ ਨੇ। ਤੇ ਬੇੜੀ ਵਾਲਾ ਉਹ ਜਿਹੜਾ ਸਿੱਧ ਹੈ, ਜਿਹੜਾ ਕਰਾਮਾਤ ਦਿਖਾ ਰਿਹਾ ਸੀ, ਆਪਣੇ ਆਪ ਪ੍ਰਭਾਵ ਪਾ ਰਿਹਾ ਸੀ ਗੁਰੂ ਸਾਹਿਬ ਦੇ ਉੱਤੇ, ਉਹ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਖਲੋ ਜਾਂਦਾ। ਗੁਰੂ ਸਾਹਿਬ ਕਹਿੰਦੇ, ਹਾਂ ਭਾਈ ਦੱਸ ਕੀ ਗੱਲ ਹੈ। ਕਹਿੰਦੇ ਮੈਂ, ਉਹ ਕਹਿੰਦਾ ਸਿੱਧ ਕਹਿੰਦਾ, ਮੈਂ ਇੰਨਾ ਵੱਡਾ ਕੰਮ ਕੀਤਾ, ਤੁਸੀਂ ਜਿਹੜੀ ਨਦੀ ਬੇੜੀ 'ਤੇ ਆ ਕੇ ਬਹਿ ਕੇ ਸਵਾਰ ਕੀਤੀ ਹੈ, ਪਾਰ ਕੀਤੀ ਹੈ, ਅਤੇ ਮੈਂ ਆਪਣੇ ਸ਼ਕਤੀ ਦੇ ਨਾਲ ਉਹ ਜਿਹੜੀ ਨਦੀ ਹੈ ਪਾਰ ਕੀਤੀ ਹੈ, ਮੈਂ ਤੁਹਾਡੇ ਨਾਲੋਂ ਵੱਡਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਵੀ ਇਸ ਸਿੱਧੀ ਨੂੰ ਪਾਉਣ ਦੇ ਲਈ ਤੂੰ ਕਿੰਨੇ ਸਾਲ ਲਾਏ ਨੇ? ਉਹ ਬੜੇ ਮਾਣ ਨਾਲ ਕਹਿੰਦਾ 40 ਸਾਲ। ਕਹਿੰਦੇ ਜਿਸ ਕੰਮ ਨੂੰ ਸਿੱਖਣ ਲਈ ਤੂੰ 40 ਸਾਲ ਲਾ ਦਿੱਤੇ, ਉਹ ਕੰਮ ਮੈਂ ਇੱਕ ਪੈਸਾ ਦੇ ਕੇ ਕਰ ਲਿਆ। ਤੂੰ ਸਮਾਜ ਦੇ ਲਈ ਜੇਕਰ 40 ਸਾਲ ਲਾਏ ਹੁੰਦੇ, ਤੂੰ ਦੱਸ 40 ਸਾਲਾਂ ਦੇ ਵਿੱਚ ਤੇਰੀ ਇਸ ਸਿੱਧੀ ਦੇ ਨਾਲ ਸਮਾਜ ਦਾ ਕੀ ਸਵਾਰਿਆ? ਤੂੰ ਸਮਾਜ ਦੇ ਲਈ ਕੀ ਕੀਤਾ? ਗੁਰੂ ਸਾਹਿਬ ਜੀ ਨੇ ਸ਼ਹਿਰ ਬਣਾਏ ਨੇ, ਜਿੰਨੇ ਸ਼ਹਿਰ ਵਸੇ ਨੇ ਕਰਤਾਰਪੁਰ ਤੋਂ ਲੈ ਕੇ ਕੀਰਤਪੁਰ ਸਾਹਿਬ ਤੱਕ ਦੇ ਸ਼ਹਿਰ ਜਿਹੜੇ ਨੇ, ਉਹਨਾਂ ਦੀ ਝਾਤ ਮਾਰ ਕੇ ਵੇਖ ਲਓ। ਉਹਨਾਂ ਸ਼ਹਿਰਾਂ ਦੇ ਵਿੱਚ ਮੈਨੂੰ ਇੱਕ ਘਰ ਦੱਸੋ ਜਿਹੜਾ ਗੁਰੂ ਸਾਹਿਬ ਨੇ ਆਪਣੇ ਲਈ ਬਣਾਇਆ, ਉਹ ਇਮਾਰਤ ਜਾਂ ਉਹ ਜਾਇਦਾਦ ਦੱਸੋ ਜੋ ਗੁਰੂ ਸਾਹਿਬ ਨੇ ਆਪਣੇ ਨਾਮ ਰਜਿਸਟਰੀ ਕਰਾਈ ਕਿ ਇਹ ਮੇਰੀ ਹੈ। ਪਰ ਅਸੀਂ ਸਾਰੀ ਉਮਰ ਆਪਣੀ ਕਮਾਈ ਦੇ ਵਿੱਚੋਂ ਆਪਣੇ ਘਰ ਬਣਾਉਣ ਲਈ ਲਗਾ ਦਿੰਦੇ ਹਾਂ। ਜਦੋਂ ਪੁੱਤ ਜੰਮਦਾ ਹੈ, ਪੰਜਾਬੀ ਦਾ ਅਖਾਣ ਹੈ ਕਿ ਕੰਧਾਂ ਕੰਬਦੀਆਂ ਨੇ, ਕੰਧਾਂ ਕੰਬਦੀਆਂ ਨੇ। ਕਿਉਂ ਕੰਬਦੀਆਂ ਨੇ? ਦਾਦੇ ਨੇ ਘਰ ਬਣਾਇਆ, ਪੁੱਤ ਨੇ ਢਾਇਆ। ਪੁੱਤ ਨੇ ਘਰ ਬਣਾਇਆ, ਉਹਦੇ ਪੁੱਤਰ ਨੇ ਅੱਗੋਂ ਢਾਇਆ। ਜਿਹੜਾ ਅਸੀਂ ਬਣਾਉਣਾ, ਸਾਡੇ ਪੁੱਤ ਢਾਉਣਗੇ, ਜਿਹੜੇ ਸਾਡੇ ਪੁੱਤਰ ਬਣਾਉਣਗੇ, ਉਹ ਪੋਤਰੇ ਢਾਉਣਗੇ। ਦਾਦੇ ਨੇ ਘਰ ਬਣਾਇਆ, ਪੁੱਤ ਨੇ ਢਾਇਆ। ਪੁੱਤ ਨੇ ਘਰ ਬਣਾਇਆ, ਉਹਦੇ ਪੁੱਤਰ ਨੇ ਅੱਗੋਂ ਢਾਇਆ। ਜਿਹੜਾ ਅਸੀਂ ਬਣਾਉਣਾ, ਸਾਡੇ ਪੁੱਤ ਢਾਉਣਗੇ, ਜਿਹੜੇ ਸਾਡੇ ਪੁੱਤਰ ਬਣਾਉਣਗੇ, ਉਹ ਪੋਤਰੇ ਢਾਉਣਗੇ। ਇਹ ਜਿਹੜੇ ਮਹਿਲ ਮਾੜੀਆਂ ਨੇ, ਇਹ ਇੱਥੇ ਦੀਆਂ ਇੱਥੇ ਰਹਿ ਜਾਣੀਆਂ ਨੇ। ਪਰ ਜਿਹੜੇ ਮਹਿਲ ਉਸਾਰਨ ਦੇ ਲਈ ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਕਿ ਵਿਦਿਆ ਨੂੰ ਵਿਚਾਰਨਾ ਸਾਡੇ ਲਈ ਸ਼ਬਦ ਵਰਤਿਆ ਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਆਓ ਸਿੱਖ ਸਤਿਗੁਰ ਕੇ ਪਿਆਰਿਓ, ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖ ਸ਼ਬਦ ਜਿਹੜਾ ਸਾਡੇ ਪਰਥਾਏ ਵਰਤਿਆ, ਸਿੱਖ ਦਾ ਮਤਲਬ ਹੈ ਸਟੂਡੈਂਟ। ਤੁਹਾਡੇ ਵਿੱਚ 14 ਸਾਲ ਦਾ ਬੱਚਾ ਵੀ ਬੈਠਾ ਹੈ, ਵਿਦਿਆਰਥੀ ਵੀ ਬੈਠਾ ਹੈ, ਤੇ ਤੁਹਾਡੇ ਵਿੱਚ 40 ਤੋਂ ਲੈ ਕੇ 70 ਸਾਲ ਦੇ ਸਿੱਖ ਵਿਦਿਆਰਥੀ ਵੀ ਬੈਠੇ ਨੇ। ਜੇਕਰ ਸਿੱਖ ਸ਼ਬਦ ਸਾਡੇ ਲਈ ਨਾ ਹੁੰਦਾ, ਤੇ ਸ਼ਾਇਦ ਅਸੀਂ ਅੱਜ 70 ਸਾਲ ਦੀ ਉਮਰ ਵਿੱਚ ਸਟੂਡੈਂਟ ਬਣ ਕੇ ਫਖਰ ਮਹਿਸੂਸ ਨਾ ਕਰਦੇ। ਤੇ ਜਿੱਥੋਂ ਤੱਕ ਮੈਂ ਮਹਿਸੂਸ ਕਰਦੀ ਹਾਂ ਕਿ ਜੇਕਰ 14 ਸਾਲਾਂ ਦਾ ਜਿਹੜਾ ਵਿਦਿਆਰਥੀ ਉਹ ਸਿੱਖਣ ਲਈ ਬੈਠਦਾ, ਤੇ ਜਿਹੜਾ 70 ਜਾਂ 40 ਸਾਲ ਦਾ, ਉਹ ਆਪਣੇ ਆਪ ਨੂੰ ਹੋਰ ਗੌਰਵਮਈ ਮਹਿਸੂਸ ਕਰਦਾ ਕਿ ਸ਼ੁਕਰ ਹੈ ਕਿ ਮੈਂ ਇਸ ਉਮਰ ਵਿੱਚ ਇਹ ਚੀਜ਼ ਸਿੱਖਣ ਲੱਗਾ ਜਾਂ ਮੈਨੂੰ ਸਿਖਾਈ ਜਾ ਰਹੀ ਹੈ। ਸਿੱਖ ਦਾ ਭਾਵ ਹੈ ਸਿੱਖਣਾ ਤੇ ਸਿੱਖ ਕੇ ਦੂਜਿਆਂ ਨੂੰ ਸਿਖਾਉਣਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸੋ ਪੁੰਨ ਗੁਰਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜੇਕਰ ਅਸੀਂ 7 ਮੰਦਰ ਸੋਨੇ ਦੇ ਉਸਾਰ ਕੇ ਉਹਨਾਂ ਨੂੰ ਦਾਨ ਕਰਕੇ ਕਹੀਏ ਵੀ ਅਸੀਂ ਬੜਾ ਵੱਡਾ ਦਾਨ ਕੀਤਾ,
ਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਤੋਂ ਚੰਗਾ ਕਿ ਇੱਕ ਸ਼ਬਦ ਤੋਂ ਕਿਸੇ ਨੂੰ ਸਿਖਾ ਦੇ, ਭਾਵ ਕਿ ਕਿਸੇ ਨੂੰ ਪੜ੍ਹਨਾ ਸਿਖਾ ਦੇ, ਤੈਨੂੰ ਉਹਨਾਂ ਜਿਹੜਾ ਪੁੰਨ ਹੈ ਉਹਦਾ ਮਿਲ ਜਾਵੇਗਾ। ਪਰ ਗੁਰਸਿੱਖਾਂ ਦੇ ਲਈ ਜਿਹੜੀ ਸਭ ਤੋਂ ਵੱਡੀ ਯਹੂਦੀ ਕੌਮ ਦੀ ਮੈਂ ਗੱਲ ਕਰਾਂ ਕਿ ਯਹੂਦੀ ਕੌਮ ਲੱਖਾਂ ਸਾਲ ਗੁਲਾਮ ਰਹੀ ਹੈ। ਜਦੋਂ ਉਹ ਆਜ਼ਾਦ ਹੋਏ ਤੇ ਉਹਨਾਂ ਦੇ ਜਿਹੜੇ ਪਤਵੰਤੇ ਸੱਜਣ ਸਨ ਉਹਨਾਂ ਨੇ ਕੁਝ ਪੈਸਾ ਜਿਹੜਾ ਹੈ ਇਕੱਠਾ ਕੀਤਾ ਤੇ ਕਹਿੰਦੇ ਨੇ ਕਿ ਆਪਣੇ ਯਹੋਵਾ, ਉਹ ਆਪਣੇ ਅਕਾਲ ਪੁਰਖ ਨੂੰ ਯਹੋਵਾ ਸ਼ਵਰਤਦੇ ਨੇ, ਕਹਿੰਦੇ ਕਿਉਂ ਨਾ ਅਸੀਂ ਯਹੋਵਾ ਦਾ ਇੱਕ ਮੰਦਰ ਬਣਾ ਦਈਏ। ਤੇ ਜਿਹੜੇ ਸਿਆਣੇ ਸੱਜਣ ਸਨ ਯਹੂਦੀਆਂ ਦੇ ਉਹ ਕਹਿੰਦੇ ਕਿ ਜਿਹੜਾ ਐਡਾ ਵੱਡਾ ਹੈ, ਅਪਰਮ ਅਪਾਲ ਯਹੋਵਾ ਹੈ, ਜਿਹਦੇ ਬਾਰੇ ਅਸੀਂ ਵਰਣਨ ਨਹੀਂ ਕਰ ਸਕਦੇ, ਜਿਹਦਾ ਅਸੀਂ ਘਰ ਨਹੀਂ ਬਣਾ ਸਕਦੇ, ਇੰਨੇ ਕੁ ਪੈਸਿਆਂ ਦਾ ਉਹ ਐਡੇ ਵੱਡੇ ਅਕਾਲ ਪੁਰਖ ਦਾ ਅਸੀਂ ਘਰ ਕਿਵੇਂ ਬਣਾਵਾਂਗੇ, ਤੁਸੀਂ ਇਹਦੇ ਲਈ ਇਸ ਮਾਇਆ ਦੇ ਨਾਲ ਆਪਣੀ ਕੌਮ ਦੇ ਲਈ ਇੱਕ ਸ਼ਿਕਸ਼ਾ ਕੇਂਦਰ ਬਣਾਓ, ਇੱਕ ਵਿਦਿਆ ਪੀਠ ਬਣਾਓ, ਇੱਕ ਯੂਨੀਵਰਸਿਟੀ ਕਾਇਮ ਕਰੋ ਜਿਹਦੇ ਵਿੱਚ ਯਹੂਦੀ ਕੌਮ ਪੜ੍ਹ ਸਕੇ ਤੇ ਪੜ੍ਹ ਕੇ ਅਗਾਂਹ ਜਿਹੜੀ ਸਾਡੀ ਕੌਮ ਹੈ ਉਹਦੇ ਵਿੱਚ ਸੂਝਵਾਨ ਜਿਹੜੇ ਪ੍ਰਤਿਭਾਸ਼ਾਲੀ ਵਿਦਵਾਨ ਜਾਂ ਸੱਜਣ ਨੇ ਉਹ ਪੈਦਾ ਹੋ ਸਕਣ। ਸਾਡੀ ਕੌਮ ਇਸ ਪੱਖੋਂ ਪਛੜੀ ਰਹੀ ਹੈ ਕਿ ਅਸੀਂ ਵਿਦਿਆ ਵਾਲੇ ਪਾਸੇ ਜਿਹੜਾ ਹੈ ਉਹ ਧਿਆਨ ਜਿਹੜਾ ਹੈ ਉਹ ਨਹੀਂ ਦੇ ਸਕੇ। ਜਿੰਨੀਆਂ ਵੀ ਕੌਮਾਂ ਨੇ ਉਹਨਾਂ ਦੇ ਵਿੱਚ ਜੇਕਰ ਉਹਨਾਂ ਦੇ ਜਿਹੜੇ ਪੜ੍ਹੇ ਲਿਖੇ ਵਿਦਵਾਨ ਜਾਂ ਪੜ੍ਹੇ ਲਿਖੇ ਸੂਝਵਾਨ ਸਾਇੰਸਦਾਨ ਹੋਣਗੇ ਉਹ ਆਪਣੀ ਕੌਮ ਦੇ ਬਾਰੇ ਸੋਚਣਗੇ ਕਿ ਅਸੀਂ ਕੌਮ ਨੂੰ ਪ੍ਰਗਤੀ ਵਾਲੇ ਪਾਸੇ ਕਿਵੇਂ ਲੈ ਕੇ ਜਾਣਾ। ਅਸੀਂ ਸਿਰਫ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਦੇ ਲਈ ਇੱਟਾਂ ਲਾ ਕੇ ਪੱਥਰ ਲਾਉਣ ਦੇ ਵਿੱਚ, ਪੱਥਰ ਲਾ ਕੇ ਹੋਰ ਕੋਈ ਵੱਡੀਆਂ ਪੱਥਰ ਲਾਉਣ ਦੇ ਵਿੱਚ ਜਾਂ ਸ਼ੀਸ਼ੇ ਦੀਆਂ ਇਮਾਰਤਾਂ ਖੜੀਆਂ ਕਰਨ ਦੇ ਤੱਕ ਸੀਮਤ ਰਹਿ ਗਏ ਹਾਂ। ਅੱਜ ਜੇਕਰ ਸਾਡੀ ਕੌਮ ਦੇ ਵਾਰਸ ਸਾਨੂੰ ਇਹ ਗੱਲ ਪੁੱਛਣਗੇ ਕਿ ਦਿਖਾਓ ਚਮਕੌਰ ਦੀ ਗੜੀ ਕਿੱਥੇ ਹੈ, ਜਿੱਥੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੇ ਜੰਗ ਕੀਤੀ ਸੀ, ਜਿਸ ਗੜੀ ਦੇ ਵਿੱਚ ਗੁਰੂ ਸਾਹਿਬ ਜੀ ਰੁਕੇ ਸਨ, ਮਾਸ਼ੀ ਵੜੇ ਦਾ ਉਹ ਸਥਾਨ ਕਿੱਥੇ ਹੈ ਜਿੱਥੇ ਗੁਰੂ ਸਾਹਿਬ ਜੀ ਟਿੰਡ ਦਾ ਸਰਾਣਾ ਲੈ ਕੇ ਸੁੱਤੇ ਸਨ, ਉਹ ਸਥਾਨ ਕਿੱਥੇ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ, ਤੇ ਸ਼ੀਸ਼ੇ ਦੇ ਵੱਡੇ ਵੱਡੇ ਗੁਰਦੁਆਰੇ ਸਾਨੂੰ ਦਿਖਾਈ ਦੇਣਗੇ। ਵਿਰਾਸਤ ਅਸੀਂ ਕੋਈ ਸੰਭਾਲੀ ਨਹੀਂ, ਅਸੀਂ ਬਾਬਿਆਂ ਦੇ ਜਿਹੜੇ ਘਰ ਨੇ ਉਹ ਆਪਣੇ ਦਸਵੰਧ ਦੇ ਨਾਲ ਭਰ ਦਿੱਤੇ ਨੇ, ਜਿਹੜੇ ਸਾਈਕਲਾਂ ਤੇ ਸਵਾਰੀ ਕਰਦੇ ਨੇ ਉਹ ਕਰੋੜ ਕਰੋੜ ਦੀਆਂ ਗੱਡੀਆਂ ਤੇ ਸਵਾਰ ਅਸੀਂ ਕਰ ਦਿੱਤੇ ਨੇ, ਪਰ ਉਹ ਜਿਹੜੇ ਕਰੋੜਾਂ ਰੁਪਈਆ ਅਸੀਂ ਉਹਨਾਂ ਬਾਬਿਆਂ ਦੇ ਡੇਰਿਆਂ ਦੇ ਉੱਤੇ ਚਾੜ ਦਿੱਤੇ, ਉਹਨਾਂ ਕਰੋੜਾਂ ਦੇ ਵਿੱਚੋਂ ਅਸੀਂ ਕਿੰਨੇ ਸਿੱਖਾਂ ਨੂੰ ਪੜ੍ਹਾਇਆ, ਕਿੰਨੇ ਸਿੱਖ ਨੌਜਵਾਨਾਂ ਨੂੰ, ਅੱਜ ਸਿੱਖ ਹੀ ਨੌਜਵਾਨ ਸਾਡੇ ਬੱਚੇ ਬੱਚੀਆਂ ਰੁਜ਼ਗਾਰ ਦੇ ਲਈ ਥਾਂ ਥਾਂ ਤੇ ਭਟਕਦੇ ਫਿਰਦੇ ਨੇ, ਕਿੰਨੇ ਸਾਡੇ ਕੋਲ ਰੁਜ਼ਗਾਰ ਦੇ ਸਾਧਨ ਅਸੀਂ ਪੈਦਾ ਕੀਤੇ ਨੇ, ਅਰਬਾਂਪਤੀ ਸਾਡੀ ਕੌਮ ਦੇ ਵਿੱਚੋਂ ਪੈਦਾ ਹੋਏ ਨੇ, ਉਹਨਾਂ ਵਿੱਚੋਂ ਕਿੰਨਿਆਂ ਨੇ ਸਿੱਖਾਂ ਦੇ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ 10-1 ਨੌਜਵਾਨ ਤੋਂ ਲੈ ਕੇ 10 ਨੌਜਵਾਨਾਂ ਨੂੰ ਖਿਲਾਰਿਆ ਹੈ ਕਿ ਭਾਈ ਤੁਹਾਡੀ ਰੋਜ਼ੀ ਰੋਟੀ ਮੈਂ ਲਾ ਦਿੱਤੀ ਹੈ। ਗੁਰੂ ਸਾਹਿਬ ਨੇ ਜੋ ਕੰਮ ਕੀਤੇ ਸਨ ਅੱਜ ਤੋਂ 550 ਸਾਲ ਪਹਿਲਾਂ, ਅਸੀਂ ਬੜੀ ਤਰੱਕੀ ਕਰ ਚੁੱਕੇ ਹਾਂ, ਅਸੀਂ ਕਹਿੰਦੇ ਹਾਂ ਅਸੀਂ ਸਾਇੰਸ ਯੁੱਗ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਪਰ ਮਾਫ਼ ਕਰਨਾ, ਜਿਹੜੀਆਂ ਸਾਡੀਆਂ ਵਿਚਾਰਧਾਰਾ ਨੇ ਉਹ ਆਦਿ ਮਾਨਵ ਵਾਲੀਆਂ ਨੇ ਜੋ ਜੰਗਲਾਂ ਦੇ ਵਿੱਚ ਰਹਿੰਦਾ ਸੀ, ਸਾਡੀ ਵਿਚਾਰਧਾਰਾ ਦੇ ਵਿੱਚ ਕੋਈ ਚੇਂਜ ਨਹੀਂ ਆਈ, ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ, ਸਾਡੇ ਕੱਪੜੇ ਅੱਗੇ ਆ ਚੁੱਕੇ ਨੇ, ਸਾਡਾ ਰਹਿਣ ਸਹਿਣ ਅਮੀਰਾਂ ਵਾਲਾ ਹੋ ਚੁੱਕਿਆ, ਪਰ ਜਿਹੜਾ ਸਾਡਾ ਧਰਮੀ ਵਿਚਾਰ ਸੀ ਉਹ ਆਦਿ ਮਾਨਵ ਵਾਲਾ ਹੈ ਜੋ ਜੰਗਲਾਂ ਦੇ ਵਿੱਚ ਰਹਿੰਦਾ ਹੋਇਆ ਰੱਬ ਦਾ ਖੌਫ ਕਰਦਾ ਸੀ। ਅਸੀਂ ਗੁਰਦੁਆਰੇ ਤਾਂ ਜ਼ਰੂਰ ਜਾਂਦੇ ਹਾਂ, ਪਰ ਗੁਰਦੁਆਰੇ ਜਾਏ ਸੋਝੀ ਪਾਏ ਸੀ, ਅਸੀਂ ਸੋਝੀ ਕੋਈ ਨਹੀਂ ਲੈ ਰਹੇ। ਅੱਜ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਡੇ ਬੱਚੇ ਕਿਹੜੇ ਪਾਸੇ ਜਾ ਰਹੇ ਨੇ, ਸਾਡੇ ਜਿਹੜੇ ਬੱਚੇ ਨੇ ਉਹਦੇ ਲਈ ਅਸੀਂ ਆਪ ਜ਼ਿੰਮੇਵਾਰ ਹਾਂ ਕਿ ਜਿਹੜੇ ਸਾਡੀ ਕਮਾਈ ਘਾਲ ਕਮਾਈ ਹੈ, ਕੁਝ ਤਾਂ ਉਹੋ ਜਿਹੀ ਹੋ ਗਈ ਹੈ ਅਤੇ ਕੁਝ ਸਾਡੇ ਕੋਲ ਸਮਾਂ ਨਹੀਂ। ਇਸ ਜੀਵਨ ਦੇ ਵਿੱਚ 3 ਜਿਹੜੀਆਂ ਅਵਸਥਾ ਨੇ, ਬਚਪਨ ਜਿਹੜਾ ਸੀ ਅਸੀਂ ਆਪਣੇ ਬੱਚਿਆਂ ਦਾ ਮਾਰ ਦਿੱਤਾ, 99% ਮਾਰਕਸ ਆਏ ਨੇ, ਮਾਂ ਬਾਪ ਵੱਲੋਂ ਥੱਪੜ ਵੱਜਦੇ ਨੇ ਕਿ 100% ਕਿਉਂ ਨਹੀਂ ਆਏ। ਕੌਨਵੈਂਟ ਸਕੂਲਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਬਚਪਨ, ਉਹ ਬਚਪਨ ਜੋ ਗਲੀਆਂ ਬਾਜ਼ਾਰਾਂ ਜਾਂ ਆਂਢ ਗੁਆਂਢ ਦੇ ਬੱਚਿਆਂ ਦੇ ਵਿੱਚ ਖੇਡਦਾ ਹੋਇਆ ਪਲਪਦਾ ਸੀ, ਵੱਡਾ ਹੁੰਦਾ ਸੀ, ਉਹ ਅਸੀਂ ਸਕੂਲ ਦੇ ਕਿਤਾਬਾਂ ਦੇ ਬੈਗਾਂ ਦੇ ਨਾਲ ਭਾਰਾ ਕਰ ਛੱਡਿਆ। ਜੋ ਉਪਜਦੇ ਨੇ
ਉਹ ਇੱਕ ਮਿਡਲ ਜਾਂ ਨੀਵੇਂ ਸਕੂਲਾਂ ਦੇ ਵਿੱਚੋਂ ਵੀ ਉਪਜ ਕੇ ਵੱਡੇ ਪੱਧਰ ਤੱਕ ਪਹੁੰਚ ਜਾਂਦੇ ਨੇ। ਸਾਡੇ ਪ੍ਰਾਈਮ ਮਿਨਿਸਟਰ ਨੇ ਇੱਕ ਸਰਕਾਰੀ ਸਕੂਲ ਤੋਂ ਪੜ੍ਹੇ ਨੇ, ਅੱਜ ਅਰਥ ਸ਼ਾਸਤਰਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ, ਹੋਰ ਵੀ ਕਈ ਇਹੋ ਜਿਹੇ ਆਲੂ ਵਾਲੀਆਂ ਦਾ ਨਾਮ ਆਉਂਦਾ, ਕਈ ਇਹੋ ਜਿਹੇ ਵੱਡੀਆਂ ਪੋਸਟਾਂ 'ਤੇ ਬੰਦੇ ਨੇ ਜਿਹੜੇ ਆਮ ਸਕੂਲਾਂ ਜਿੰਨੇ ਪੜ੍ਹਨਾ ਉਹਨੇ ਆਪਣੇ ਆਪ ਪੜ੍ਹ ਜਾਣਾ। ਜਿਹੜੀ ਸਾਡੀ ਜਵਾਨੀ ਹੈ ਉਹ ਸਾਡੀ ਐਸ਼ ਦੇ ਵਿੱਚ ਜਿਹੜੀ ਹੈ ਲੰਘ ਗਈ ਹੈ, ਜਿਹੜਾ ਸਾਡਾ ਬੁਢਾਪਾ ਹੈ ਸਭ ਤੋਂ ਵੱਧ ਉਹ ਰੁਲਦਾ ਪਿਆ। ਇੱਕ ਮਾਤਾ ਪਿਤਾ ਜਿਹੜਾ ਦਸਵੰਧ ਹੈ, ਉਹ ਇਕੱਲੇ ਪੈਸੇ ਦਾ ਨਹੀਂ ਕਿ ਅਸੀਂ ਪੈਸੇ ਦਾ ਕੱਢਣਾ ਹੈ, ਇੱਕ ਦਸਵੰਧ ਸਾਡੇ ਫਰਜ਼ਾਂ ਦਾ। ਇੱਕ ਮਾਤਾ ਪਿਤਾ ਇੱਕ ਬੱਚੇ ਤੋਂ ਲੈ ਕੇ 6 ਬੱਚਿਆਂ ਤੱਕ ਪਰਵਰਿਸ਼ ਕਰਦੇ ਨੇ ਆਪਣੀ ਸਾਰੀ ਉਮਰ। ਮਾਂ ਜਿਹੜੀ ਹੈ ਸਭ ਤੋਂ ਅਖੀਰ 'ਤੇ ਪ੍ਰਸ਼ਾਦਾ ਛਕਦੀ ਹੈ ਕਿ ਮੇਰਾ ਪਤੀ ਜਿਹੜਾ ਪ੍ਰਸ਼ਾਦਾ ਛੱਕ ਲਵੇ, ਮੇਰੇ ਬੱਚੇ ਛੱਕ ਲੈਣ, ਬਾਕੀ ਜੋ ਬਚ ਜਾਂਦਾ ਉਹਦੇ ਨਾਲ ਮਾਂ ਆਪਣਾ ਪੇਟ ਪਾਲਦੀ ਹੈ। ਪਰੰਤੂ ਜਦੋਂ ਮਾਂ ਬਾਪ ਨੂੰ ਸਾਂਭਣ ਦਾ ਸਮਾਂ ਆਉਂਦਾ ਅਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ, ਪਹਿਲੀ ਤਾਂ ਗੱਲ ਉਹ ਵੰਡੀਆਂ ਪਾ ਦਿੰਦੀ ਹੈ ਕਿ ਮਾਂ ਤੂੰ ਸਾਂਭਲਾ ਅਤੇ ਪਿਓ ਮੈਂ ਸਾਂਭਲਾਂ, ਜੋ ਦੋਵੇਂ ਜੀ ਸਾਰੀ ਉਮਰ ਇਕੱਠੇ ਰਹੇ ਨੇ, ਜੋ ਇੱਕ ਜੋਤ ਦੋਏ ਮੂਰਤੀ ਹੋ ਕੇ ਵਿਚਰੇ ਨੇ, ਉਹਨਾਂ ਨੂੰ ਅਸੀਂ ਵੱਖ ਕਰ ਦਿੱਤਾ। ਦੂਜੀ ਗੱਲ ਕਿ ਅਸੀਂ 6 ਬੱਚੇ ਰਲ ਕੇ ਆਪਣੇ ਮਾਂ ਬਾਪ ਨੂੰ ਨਹੀਂ ਸੰਭਾਲ ਸਕਦੇ, ਸਾਡੇ 'ਤੇ ਬੋਝ ਲੱਗਦੇ ਨੇ, ਕਿਉਂਕਿ ਸਹਿਸ ਖੱਟੇ ਲੱਖ ਕੋ ਉਠਤਾਵੈ, ਅਸੀਂ ਹਜ਼ਾਰਾਂ ਰੁਪਈਆ ਜੋੜਨ ਵਾਲੇ ਪਾਸੇ ਲੱਗੇ ਹੋਏ ਹਾਂ। ਇੱਕ ਜਿਹੜੀ ਮਾਤਾ ਹੈ, ਪੰਜਾਬ ਦੀ ਅਜੀਤ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਕਿ ਇੱਕ ਮਾਤਾ ਪਿਤਾ ਨੂੰ ਉਹਦੇ ਨੌਜਵਾਨ ਨੂੰਹ ਨੇ ਅਤੇ ਪੁੱਤਰ ਨੇ ਘਰ ਤੋਂ ਬਾਹਰ ਕੱਢ ਦਿੱਤਾ। ਜਿਹੜਾ ਪਿਓ ਸੀ ਸ਼ਰਮ ਦੇ ਮਾਰੇ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ, ਅਤੇ ਜਿਹੜੀ ਮਾਤਾ ਹੈ ਆਪਣੀ ਧੀ ਦੇ ਕੋਲ 60-65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 2-3 ਦਿਨ ਦੇ ਵਿੱਚ ਆਪਣੀ ਧੀ ਕੋਲ ਪਹੁੰਚਦੀ ਹੈ। ਕਿਰਾਏ ਜੋਗੇ ਉਹਦੇ ਕੋਲ ਪੈਸੇ ਨਹੀਂ, ਪੈਦਲ ਜਾਂਦੀ ਹੈ, ਕਿਵੇਂ ਉਹ ਵਿਚਾਰੀ ਉੱਥੇ ਪਹੁੰਚੀ। 2-4 ਦਿਨ ਧੀ ਕੋਲ ਰਹਿੰਦੀ ਹੈ ਅਤੇ ਪਤਾ ਲੱਗ ਜਾਂਦਾ ਕਿ ਮੇਰੇ ਪੁੱਤਰ ਦਾ ਐਕਸੀਡੈਂਟ ਹੋ ਗਿਆ, ਅਤੇ ਐਕਸੀਡੈਂਟ ਦੇ ਵਿੱਚ ਉਹਦੀਆਂ ਦੋਵੇਂ ਅੱਖਾਂ ਅੰਨੀਆਂ ਹੋ ਗਈਆਂ ਨੇ। ਕਿਸੇ ਤਰੀਕੇ ਹਸਪਤਾਲ ਪਹੁੰਚਦੀ ਹੈ ਅਤੇ ਪੁੱਛਦੀ ਹੈ ਡਾਕਟਰ ਨੂੰ ਕਿ ਕਿਵੇਂ ਹੱਲ ਹੋ ਸਕਦਾ। ਉਹ ਕਹਿੰਦਾ ਜੇਕਰ ਕੋਈ ਆਪਣੀਆਂ ਅੱਖਾਂ ਦਾਨ ਕਰ ਦੇਵੇ ਤਾਂ ਉਹਦੀਆਂ ਅੱਖਾਂ ਪਾ ਕੇ ਦੀ ਜੋਤ ਵਾਪਸ ਆ ਸਕਦੀ ਹੈ। ਮਾਤਾ ਕਹਿੰਦੀ ਹੈ ਕਿ ਕਿਸੇ ਨੂੰ ਦੱਸਣਾ ਨਹੀਂ, ਇਹਨੂੰ ਵੀ ਨਹੀਂ ਦੱਸਣਾ, ਅਤੇ ਮੇਰਾ ਓਪਰੇਸ਼ਨ ਕਰ, ਮੇਰੀਆਂ ਅੱਖਾਂ ਕੱਢ ਕੇ ਮੇਰੇ ਪੁੱਤਰ ਨੂੰ ਪਾ ਦੇ। ਮਾਂ ਜਿਹੜੀ ਹੈ ਅੱਖਾਂ ਦੇ ਦਿੰਦੀ ਹੈ, ਪੁੱਤਰ ਦੀ ਅੱਖਾਂ ਦੀ ਜੋਤ ਆ ਜਾਂਦੀ ਹੈ, ਓਪਰੇਸ਼ਨ ਹੁੰਦਾ, ਓਪਰੇਸ਼ਨ ਤੋਂ ਬਾਅਦ ਪੱਟੀ ਖੁੱਲ੍ਹਦੀ ਹੈ ਅਤੇ ਡਾਕਟਰ ਨੂੰ ਪਤਾ ਲੱਗ ਗਈ ਸਾਰੀ ਕਹਾਣੀ। ਉਹ ਪੁੱਛਦਾ ਹੈ ਕਿ ਕੀ ਗੱਲ, ਤੈਨੂੰ ਤੇਰੀ ਮਾਂ ਮਿਲਣ ਨਹੀਂ ਆਈ? ਕਹਿੰਦਾ ਉਹਨੂੰ ਕੀ ਲੋੜ ਹੈ ਮੈਨੂੰ ਮਿਲਣ ਦੀ। ਮਾਤਾ ਦੇ ਬਾਰੇ ਕੁਝ ਅਪਸ਼ਬਦ ਬੋਲਦਾ ਅਤੇ ਡਾਕਟਰ ਫਿਰ ਲਾਂਤਾਂ ਪਾਉਂਦਾ, ਕਹਿੰਦਾ ਜਿਹੜੇ ਅੱਜ ਤੂੰ ਵੇਖਦਾ ਪਿਆ ਨਾ, ਇਹ ਤੇਰੀ ਮਾਤਾ ਦਾ ਸਿਲਾ ਹੈ, ਜਿਹਨੇ ਤੈਨੂੰ ਅੱਖਾਂ ਦਾਨ ਕੀਤੀਆਂ ਨੇ ਅਤੇ ਜਿਹਦੇ ਕਰਕੇ ਤੂੰ ਵੇਖਦਾ ਪਿਆ। ਇੱਕ ਦਸਵੰਧ ਸਾਡੇ ਮਾਤਾ ਪਿਤਾ ਦੇ ਫਰਜ਼ਾਂ ਦੇ ਲਈ ਵੀ ਹੈ। ਇੱਕ ਦਸਵੰਧ ਦਾ ਟਾਈਮ ਸਾਡੇ ਮਾਪੇ ਵੀ ਸਾਡੇ ਕੋਲ ਮੰਗਦੇ ਨੇ ਕਿ ਮੇਰੇ ਧੀਆਂ ਪੁੱਤਰ ਨੌਂ ਪੁੱਤ ਪੋਤਰੇ ਮੇਰੇ ਕੋਲ ਆ ਕੇ ਮੇਰੀਆਂ ਗੱਲਾਂ ਸੁਣਨ, ਕਿਉਂਕਿ ਬੁਢਾਪੇ ਦੇ ਵਿੱਚ ਉਹ ਕੰਮ ਕੋਈ ਕਰ ਨਹੀਂ ਸਕਦੇ, ਘਰ ਵਿੱਚ ਬੈਠੇ ਨੇ, ਪਰੰਤੂ ਸਾਡੇ ਕੋਲ ਉਹਨਾਂ ਦੇ ਕੋਲ ਬੈਠਣ ਦਾ ਸਮਾਂ ਨਹੀਂ। ਜਿਹੜਾ ਦਸਵੰਧ ਹੈ ਉਹ ਸਾਡੀਆਂ ਨੇਕ ਕਮਾਈਆਂ ਦੇ ਵਿੱਚੋਂ, ਜੇਕਰ ਅਸੀਂ ਟੀਚਰ ਹਾਂ ਤੇ ਅਸੀਂ ਲੋੜਵੰਦ ਨੂੰ ਸਿੱਖਿਆ ਦੇ ਸਕਦੇ ਹਾਂ। ਜਿਹੜੇ ਧਾਰਮਿਕ ਕਰਮ ਵੱਡੇ ਵੱਡੇ ਨਗਰ ਕੀਰਤਨ ਜਲੂਸਾਂ ਦੇ ਵਿੱਚ ਅਸੀਂ ਆਪਣਾ ਪੈਸਾ ਗਵਾ ਰਹੇ ਹਾਂ, ਗੁਰੂ ਕੇ ਪਿਆਰਿਓ, ਇੱਕ ਸਿੱਖ ਬੱਚਾ ਅਡੋਪਟ ਕਰਕੇ ਉਹਦੀ ਵਿਦਿਆ ਦਾ ਖਰਚਾ ਚੁੱਕੀਏ, ਤਾਂ ਕਿ ਉਹ ਬੱਚੇ, ਜਿਹੜੇ ਕਈ ਇਹੋ ਜਿਹੇ ਬੱਚੇ ਨੇ ਜਿਹੜੇ ਵਿਚਾਰੇ ਪੜ੍ਹਨ ਤੋਂ ਅਸਮਰੱਥ ਨੇ, ਜੇ ਸਾਡੀ 10,000 ਕਮਾਈ ਹੈ ਸਾਡੇ ਮਹੀਨੇ ਦੀ, 20,000 ਹੈ, ਅਸੀਂ 1,000-2,000 ਦਾ ਉਹਦਾ ਦਸਵੰਧ ਕੱਢ ਕੇ ਅਸੀਂ ਕਿਸੇ ਲੋੜਵਾਰ ਦੀ ਸਹਾਇਤਾ ਕਰੀਏ, ਤਾਂ ਕਿ ਉਹ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕੇ। ਪ੍ਰਿੰਸੀਪਲ ਜੋਧ ਸਿੰਘ ਦਾ ਜੀਵਨ ਪੜ੍ਹੋ, ਜੋ ਇੱਕ ਧਾਰਮਿਕ ਅਧਿਆਪਕ ਤੋਂ ਲੈ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਟੀਚਰ ਪ੍ਰਿੰਸੀਪਲ ਬਣੇ, ਪ੍ਰਿੰਸੀਪਲ ਤੋਂ ਪੰਜਾਬੀ ਯੂਨੀਵਰਸਿਟੀ ਜਿੱਥੇ ਤੁਸੀਂ ਕੋਰਸ ਕਰਦੇ ਪਏ ਹੋ ਉਹਦੇ ਪਹਿਲੇ VC ਪ੍ਰੋਫੈਸਰ ਜੋਧ ਸਿੰਘ ਸਨ। ਉਹ ਕਹਿੰਦੇ ਕਿ ਮੈਂ 150 ਤੋਂ ਆਪਣਾ ਤਨਖਾਹ ਸ਼ੁਰੂ ਹੋਈ 150 ਰੁਪਏ ਤੋਂ, ਉਹਦੇ ਵਿੱਚੋਂ 50 ਰੁਪਏ ਆਪਣੇ ਖਰਚੇ ਲਈ ਰੱਖਦੇ ਅਤੇ 100 ਰੁਪਈਆ ਦਸਵੰਧ ਵਿੱਚ। ਪ੍ਰਿੰਸੀਪਲ ਬਣੇ, 1100 ਰੁਪਈਆ ਤਨਖਾਹ ਹੋ ਗਈ, 1100 ਦੇ ਵਿੱਚੋਂ ਜਿੰਨੇ ਪੈਸੇ ਉਹਨਾਂ ਦੀ ਲੋੜ ਲਈ ਚਾਹੀਦੇ ਸਨ ਉਹ ਆਪਣੇ ਕੋਲ ਰੱਖ ਲੈਂਦੇ ਅਤੇ ਜਿਹੜੇ ਬਾਕੀ ਸਨ ਉਹ ਗਰੀਬ ਵਿਦਿਆਰਥੀਆਂ ਦੇ ਵਿੱਚ ਵੰਡ ਦਿੰਦੇ। ਉਹ ਲਿਖਦੇ ਨੇ ਕਿ ਜਦੋਂ ਮੈਂ VC ਬਣਿਆ ਮੇਰੀ ਤਨਖਾਹ ਹੋ ਗਈ 2200, ਅਤੇ ਉਹ ਕਹਿੰਦੇ ਕਿ ਮੈਂ ਆਪਣੇ ਪੁੱਤਰ ਨੂੰ ਪੁੱਛਿਆ ਕਿ ਮੈਂ ਜਦੋਂ ਖਾਲਸਾ ਕਾਲਜ ਦਾ ਪ੍ਰਿੰਸੀਪਲ ਸੀ ਅੰਮ੍ਰਿਤਸਰ ਦਾ,
ਤੇ ਮੇਰੀ ਤਨਖਾਹ 1100-1200 ਹੀ ਤੇ ਮੇਰਾ ਉਹਦੇ ਨਾਲ ਵਧੀਆ ਗੁਜ਼ਾਰਾ ਹੁੰਦਾ ਸੀ। 1100-1100 ਰੁਪਈਆ ਮੇਰੇ ਕੋਲ ਫਾਲਤੂ ਨੇ, ਜੇਕਰ ਤੈਨੂੰ ਕੋਈ ਇਤਰਾਜ਼ ਨਹੀਂ ਤੇ ਮੈਂ ਇਹ ਗਰੀਬ ਵਿਦਿਆਰਥੀਆਂ ਦੇ ਵਿੱਚ ਆਪਣੇ ਦਸਵੰਧ ਦੇ ਵਜੋਂ ਦੇਣਾ ਚਾਹੁੰਦਾ। ਤੇ ਜਿਹੜਾ ਪੁੱਤਰ ਸੀ ਉਸ ਸਮੇਂ DC ਸੀ, ਨਾਮ ਉਹਦਾ ਸੁੰਦਰ ਸਿੰਘ ਸੀ। ਉਹ ਕਹਿੰਦਾ ਵੀ ਪਿਤਾ ਜੀ ਇਹ ਤੁਹਾਡੀ ਦੇਣ ਹੈ, ਜਿਨ੍ਹਾਂ ਨੇ ਮੈਨੂੰ ਜਪਜੀ ਦੀ ਗੁੜਤੀ ਦੇ ਕੇ ਗੋਰੀ ਇਤਿਹਾਸ ਤੇ ਗੁਰਮਤ ਫਲਸਫੇ ਦਾ ਜੀਵਨ ਬਖਸ਼ਿਆ, ਮੈਂ ਇਹ ਕਿਵੇਂ ਇੱਥੇ ਕਿੰਤੂ ਪਰੰਤੂ ਕਰ ਸਕਦਾ। ਤੇ ਉਹਨਾਂ ਦਾ ਜੀਵਨ ਪ੍ਰੋਫੈਸਰ ਸਾਹਿਬ ਸਿੰਘ ਨੇ ਜਿੰਨੀ ਤਾਲੀਮ ਹਾਸਲ ਕੀਤੀ ਹੈ ਉਹ ਗੁਰਸਿੱਖਾਂ ਦੇ ਦਸਵੰਧ ਦੇ ਨਾਲ ਕੀਤੀ ਹੈ। ਜਿੰਨੇ ਵੀ ਗੁਰਦੁਆਰੇ ਅੱਜ ਚੱਲਦੇ ਪਏ ਨੇ, ਅਕਬਰ ਵਰਗਾ ਜਿਹੜਾ ਬਾਦਸ਼ਾਹ ਉਹ ਕਹਿੰਦਾ ਕਿ ਜਗੀਰ ਲੈ ਤੇ ਇਹਦੇ ਨਾਲ ਤੁਹਾਡਾ ਗੁਰੂ ਘਰ ਦਾ ਪ੍ਰਬੰਧ ਚੱਲੇਗਾ। ਗੁਰੂ ਸਾਹਿਬ ਕਹਿੰਦੇ ਨੇ ਕਿ ਨਹੀਂ, ਇਹ ਮੇਰੇ ਸਿੱਖਾਂ ਦੀ ਕਿਰਤ ਕਮਾਈ ਹੈ। ਕੱਕੇ ਨੂੰ ਸਿਹਾਰੀ ਪਲੱਸ ਰਾਰਾ ਤੇ ਤੱਤਾ, ਰਾਰਾ ਤੱਤਾ ਦਾ ਭਾਵ ਹੈ ਬਲੱਡ, ਖੂਨ, ਰੱਤ। ਉਹ ਕਿਰਤ ਜਿਹੜੀ ਅਸੀਂ ਖੂਨ ਡੋਲ ਕੇ ਕਰਦੇ ਹਾਂ, ਜੋ ਕਿਰਤ ਜਿਹਦੇ ਨਾਲ ਸਾਡਾ ਪਸੀਨਾ ਵਗਦਾ, ਉਹ ਕਿਰਤ ਜਿਸ ਕਿਰਤ ਦੇ ਨਾਲ ਕੀਤਿਆਂ ਸਾਨੂੰ ਰਾਤ ਨੂੰ ਸੁੱਖ ਦੀ ਨੀਂਦ ਆਉਂਦੀ ਹੈ, ਕਿਉਂਕਿ ਕਾਲੀ ਕਮਾਈ ਜਿਹੜੀ ਹੋਏਗੀ ਉਹ ਸਾਡਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਹਰਾਮ ਕਰ ਦੇਵੇਗੀ। ਇਹ ਜਿਹੜੀ ਕਿਰਤ ਹੈ ਇਹ ਸਾਨੂੰ ਸਾਡੇ ਪਾਰ ਬ੍ਰਹਮ ਦੇ ਦਰਸ਼ਨ ਕਰਾਉਂਦੀ ਹੈ ਕਿ ਉਸ ਪਰਮਾਤਮਾ ਨੇ ਸਾਨੂੰ ਇਸ ਸਰੀਰ ਦੇ ਕੇ ਇਸ ਸੰਸਾਰ ਦੇ ਵਿੱਚ ਆਪਾ ਸਵਾਰਨ ਤੇ ਜਿਹੜਾ ਨਾਲ ਸਾਡਾ ਚੁਗਿਰਦਾ ਹੈ ਉਹਨੂੰ ਸਵਾਰਨ ਦੇ ਲਈ ਇੱਥੇ ਭੇਜਿਆ ਹੋਇਆ। ਤੇ ਇਹ ਜਿਹੜਾ ਆਪਾਂ ਸਵਾਰਨਾ ਪਰਮਾਤਮਾ ਬਖਸ਼ਿਸ਼ ਕਰਦਾ। ਇਸ ਦੁਨੀਆਂ ਦੇ ਵਿੱਚ ਮੀਂਹ ਪੈਂਦਾ, ਜਦੋਂ ਮੀਂਹ ਪੈਂਦਾ ਤੇ ਜਿਹੜਾ ਮੀਂਹ ਦਾ ਪਾਣੀ ਹੈ ਉਹਨੂੰ ਨਦੀਆਂ ਨਾਲੇ ਸੰਭਾਲਦੇ ਨੇ, ਉਹਨਾਂ ਦੇ ਕਿਨਾਰੇ ਬਣੇ ਹੋਏ ਨੇ, ਕਿਨਾਰਿਆਂ ਦੇ ਵਿੱਚ ਨਦੀ ਵਗਦੀ ਪਈ ਹੈ, ਪਾਣੀ ਜਾ ਰਿਹਾ ਤੇ ਉਹ ਇੱਕ ਪ੍ਰਬੰਧ ਦੇ ਵਿੱਚ ਹੈ। ਥੋੜ੍ਹਾ ਜਿਹਾ ਧਿਆਨ ਦੇਣਾ ਕਿ ਜੇਕਰ ਨਦੀਆਂ ਦੇ ਕਿਨਾਰੇ ਤੋੜ ਦਈਏ, ਜਿਹੜੇ ਸਾਗਰ ਨੇ ਉਹਨਾਂ ਦਾ ਜਿਹੜਾ ਚੁਗਿਰਦਾ ਹੈ ਉਹ ਢਾ ਦਈਏ, ਤੇ ਜਦੋਂ ਉਹ ਪਾਣੀ ਆਵੇਗਾ ਤੇ ਮਨੁੱਖਤਾ ਦੀ ਤਬਾਹੀ ਹੋਏਗੀ, ਜਿਹੜੀ ਇਹ ਮਾਇਆ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ। ਜੇਕਰ ਇਹਨੂੰ ਨਦੀ ਦੇ ਵਾਂਗ ਅਸੀਂ ਬੰਨ ਦੇਵਾਂਗੇ ਤੇ ਇਹ ਸਾਡੀ ਸਾਥਣ ਹੋਏਗੀ, ਨਹੀਂ ਤੇ ਮਾਇਆ ਹੋਈ ਹੋਏ ਨਾਗਣੀ ਜਗਤ ਰਹੀ ਲਪਟਾਏ, ਨਹੀਂ ਤੇ ਇਹ ਨਾਗਣੀ ਹੋ ਕੇ ਸਾਨੂੰ ਦੱਸਦੀ ਰਹੇਗੀ ਸਾਡੇ ਘਰ। ਵੈਸੇ ਗੁਰਸਿੱਖਾਂ ਦੀ ਇਹ ਜਿਹੜੀ ਇੱਕ ਗੁਣ ਹੈ ਕਿ ਅਸੀਂ ਜੇਕਰ ਬੱਸ ਦੇ ਵਿੱਚ ਸਫ਼ਰ ਕਰੀਏ, ਭਾਵੇਂ ਹਵਾਈ ਜਹਾਜ਼ ਦੇ ਵਿੱਚ ਕਰੀਏ, ਅਸੀਂ ਜੇਕਰ ਕੁਝ ਖਾਣ ਲੱਗਦੇ ਹਾਂ ਕਿ ਪਰਮਾਤਮਾ ਦੀ ਇਹ ਕਿਰਪਾ ਹੈ ਕਿ ਸਾਡੇ ਨਾਲ ਜਿਹੜਾ ਵੀ ਕੋਈ ਸੰਗੀ ਸਾਥੀ ਬੈਠਾ ਸੀ ਉਹਨੂੰ ਭਾਵੇਂ ਝੱਕਦੇ ਹੋਏ ਪੁੱਛੀਏ, ਇੱਕ ਵਾਰ ਜ਼ਰੂਰ ਪੁੱਛਾਂਗੇ ਜੀ ਤੁਸੀਂ ਲਓਗੇ। ਇਹ ਜਿਹੜੀ ਕਿਰਤ ਕਮਾਈ ਹੈ ਇਹ ਜੋ ਅਸੀਂ ਅੱਜ ਵਰਤਦੇ ਪਏ ਹਾਂ, ਜਾਂ ਸਾਡੇ ਵਿੱਚ ਜਿਹੜੇ ਚੰਗੇ ਸਦਗੁਣ ਨੇ, ਜਿਹੜੇ ਚੰਗੇ ਗੁਣ ਨੇ, ਇਹ ਸਾਡੇ ਵਿਰਸੇ ਦੇ ਵਿੱਚੋਂ ਮਿਲੇ ਨੇ। ਕਿਉਂਕਿ ਜਿਹੜੀ ਪ੍ਰਤਿਭਾ, ਜਿਹੜੀ ਚੰਗੀ ਸੋਚ ਹੈ ਉਹ ਸਾਨੂੰ ਸਾਡੇ ਖੂਨ ਵਿੱਚੋਂ ਨਹੀਂ, ਸਾਨੂੰ ਸਾਡੇ ਵਿਰਸੇ ਵਿੱਚੋਂ ਮਿਲਦੀ ਹੈ, ਸਾਨੂੰ ਸਾਡੀ ਸਭਿਅਤਾ ਦੇ ਵਿੱਚੋਂ ਮਿਲਦੀ ਹੈ। ਕਿ ਜਿਹੜੀ ਸਾਡੀ ਸਭਿਅਤਾ ਹੈ ਉਹ ਸਾਨੂੰ ਕੀ ਸਿਖਾ ਰਹੀ ਹੈ। ਅੱਜ ਜੇਕਰ ਜਨਗਣਨਾ ਹੁੰਦੀ ਹੈ ਹਿੰਦੁਸਤਾਨ ਦੀ, ਤੇ ਉਹਦੇ ਵਿੱਚ ਪੇਂਡੂ ਵਰਗ ਦੇ ਵਿੱਚ, ਖਾਸ ਕਰਕੇ ਸ਼ਹਿਰਾਂ ਦੀ ਗੱਲ ਮੈਂ ਨਹੀਂ ਕਰਨ ਲੱਗੀ, ਪਿੰਡਾਂ ਦੇ ਵਿੱਚ ਅੱਜ ਵੀ 35-45% ਬੀਬੀਆਂ ਤੇ ਜਿਹੜੇ ਵੀਰ ਨੇ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ ਉਹ ਅਨਪੜ੍ਹ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਕੀਤੀ ਹੈ, ਤੇ ਮੈਂ ਤੁਹਾਨੂੰ ਪੁੱਛਣ ਲੱਗੀ ਹਾਂ ਜਾਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਕਿ 5 ਪਿਆਰਿਆਂ ਨੇ 5 ਬਾਣੀਆਂ ਪੜ੍ਹੀਆਂ ਨੇ, ਉਹਨਾਂ ਨੇ ਕਿਸੇ ਗੁਟਕੇ ਦੀ ਜਾਂ ਕਿਸੇ ਰਿਕਾਰਡਿੰਗ ਦੀ ਵਰਤੋਂ ਕੀਤੀ ਹੈ? ਉਹ 5 ਬਾਣੀਆਂ ਪੜ੍ਹ ਸਕਦੇ ਸਨ, ਉਹ 5 ਪਾਣੀਆਂ ਦਾ ਉਹਨਾਂ ਨੂੰ ਜ਼ੁਬਾਨੀ ਯਾਦ ਸਨ, ਕਿਉਂਕਿ ਅੰਮ੍ਰਿਤ ਛਕਾਉਣ ਲੱਗੀਆਂ ਕਿਸੇ ਗੁਟਕੇ ਦੀ, ਕਿਸੇ ਪੋਥੀ ਦੀ, ਕਿ ਜਿਹਦੇ ਉੱਤੇ ਬਾਣੀ ਅੰਕਿਤ ਹੈ ਉਸ ਕਿਸੇ ਸਾਧਨ ਦੀ ਵਰਤੋਂ ਨਹੀਂ ਹੁੰਦੀ, ਕਿਉਂਕਿ ਜ਼ੁਬਾਨੀ ਸਿੰਘ ਜਾਪ ਕਰਦੇ ਨੇ ਤੇ ਉਹਨਾਂ ਦੀ ਨਿਗਾਹ ਅੰਮ੍ਰਿਤ ਦੇ ਬਾਟੇ ਦੇ ਹੁੰਦੀ ਹੈ। 1690 ਤੱਕ ਅਸੀਂ ਅਨਪੜ੍ਹ ਨਹੀਂ ਸੀ, ਸਿੱਖ ਪੜ੍ਹਿਆ ਲਿਖਿਆ ਸੀ। ਅੱਜ 2013 ਦਾ ਵਿਗਿਆਨਿਕ ਯੁੱਗ ਚੱਲਦਾ ਪਿਆ ਹੈ ਤੇ ਅੱਜ ਅਸੀਂ ਪਛੜ ਕਿਵੇਂ ਗਏ, ਅਸੀਂ ਅੱਜ ਵਿਦਿਆ ਦੇ ਪੱਧਰ ਤੋਂ ਪਿੱਛੇ ਕਿਵੇਂ ਰਹਿ ਗਏ? ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੇ ਵਿੱਚ ਖੁਦ ਪਾਠਸ਼ਾਲਾ ਕਾਇਮ ਕੀਤੀ ਹੈ। ਅਸੀਂ ਸ਼ਬਦ ਬੋਲਦੇ ਹਾਂ ਗੁਰਮੁਖੀ, ਗੁਰ ਦਾ ਮਤਲਬ ਹੈ ਗੁਰੂ, ਮੁਖੀ ਦਾ ਭਾਵੇ ਮੁੱਖ, ਜਿਹੜੀ ਗੁਰੂ ਦੇ ਮੁੱਖ ਤੋਂ ਨਿਕਲੀ ਹੋਈ ਬੋਲੀ ਹੈ ਉਹਨੂੰ ਗੁਰਮੁਖੀ ਬੋਲਦੇ ਹਾਂ। ਇਹ ਜਿਹੜੀ ਗੁਰਮੁਖੀ ਹੈ, ਜੇਕਰ ਤੁਸੀਂ ਵਿਦਿਆ ਦੇ ਜਾਂ ਭਾਸ਼ਾ ਦੇ ਬਾਰੇ ਥੋੜ੍ਹਾ ਜਿਹਾ ਜਾਣਦੇ ਹੋ ਤਾਂ ਪੰਜਾਬੀ ਭਾਸ਼ਾ ਉਹ ਹੈ
ਜਿਹਨੇ ਸਾਰੀਆਂ ਭਾਸ਼ਾਵਾਂ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ। ਭਾਸ਼ਾ ਪੰਜਾਬੀ ਦੀ ਐਮਏ ਕਰੋਗੇ, ਐਮਏ ਕਰੋ ਜਾਂ ਗਿਆਨੀ ਕਰੋ ਜਾਂ ਪੰਜਾਬੀ ਲੈਂਗੁਏਜ ਦੇ ਬਾਰੇ ਪੜ੍ਹੋ, ਅੰਗਰੇਜ਼ੀ ਦੇ ਸ਼ਬਦ ਸਾਡੀ ਭਾਸ਼ਾ ਦੇ ਵਿੱਚ ਮੌਜੂਦ ਨੇ। ਸੰਸਕ੍ਰਿਤੀ ਦੇ ਨੇੜੇ ਜੇਕਰ ਕੋਈ ਭਾਸ਼ਾ ਹੈ ਤਾਂ ਉਹ ਪੰਜਾਬੀ ਹੈ। ਇਹ ਜਿਹੜੀ ਪੰਜਾਬੀ ਸਾਡੀ ਭਾਸ਼ਾ ਹੈ, ਅਸੀਂ ਉਸ ਨੂੰ ਆਪਣੇ ਸਕੂਲਾਂ ਵਿੱਚੋਂ ਅਤੇ ਆਪਣੇ ਘਰਾਂ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ। ਇੱਕ ਜਿਹੜੇ ਹੋਏ ਨੇ ਆਚਾਰੀਆ ਸਵਾਮੀ ਦਯਾਨੰਦ, ਉਹ ਜਦੋਂ ਪੰਜਾਬ ਵਿੱਚ ਗਏ ਨੇ ਅਤੇ ਜਦੋਂ ਆਪਣੇ ਧਰਮ ਦਾ ਉਹਨਾਂ ਨੇ ਆਗਾਜ਼ ਕੀਤਾ ਅਤੇ ਉਹਨਾਂ ਨੇ ਹਿੰਦੂਆਂ ਦੇ ਘਰਾਂ ਦੇ ਵਿੱਚ ਜਪਜੀ ਅਤੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਵੇਖਿਆ, ਉਹ ਇਹ ਗੱਲ ਪੁੱਛਦਾ ਕਿ ਇਹ ਕਿਉਂ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਨੇ ਔਰਤਾਂ, ਅਤੇ ਉਹਨੂੰ ਪਤਾ ਲੱਗਦਾ ਹੈ ਕਿ ਜਪਜੀ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ। ਉਹ ਕਹਿੰਦਾ ਇਹਨਾਂ ਦੇ ਘਰਾਂ ਦੇ ਵਿੱਚੋਂ ਗੁਟਕੇ ਚੁਕਾਓਗੇ ਅਤੇ ਫਿਰ ਇਹਦੇ ਵਿੱਚ ਅਸੀਂ ਆਪਣੇ ਧਰਮ ਦਾ ਜਿਹੜਾ ਵਿਕਾਸ ਹੈ ਉਹ ਕਰ ਸਕਦੇ ਹਾਂ। ਕਿ ਗੁਰਮੁਖੀ ਜਾਂ ਪੰਜਾਬੀ ਬੋਲੀ ਸਾਡੇ ਜਿਹੜੇ ਵੱਡੇ ਸਨ ਉਹ ਮਾਣ ਦੇ ਨਾਲ, ਕਿਉਂਕਿ ਜੇਕਰ ਇਹਦੀ ਲੋੜ ਨਾ ਹੁੰਦੀ ਤਾਂ ਗੁਰੂ ਅੰਗਦ ਦੇਵ ਜੀ ਇਸ ਲਿਪੀ ਦਾ ਨਿਰਮਾਣ ਨਾ ਕਰਦੇ। ਪਰੰਤੂ ਅਸੀਂ ਅੱਜ ਜਿਹੜੇ ਪੰਜਾਬੀ ਹਾਂ, ਅਸੀਂ ਆਪਣੇ ਘਰ ਦੇ ਵਿੱਚ ਇੱਕ ਨੌਕਰ ਰੱਖਿਆ ਨੇਪਾਲੀ ਜਾਂ ਬਈਆ, ਪੰਜਾਬ ਦੇ ਵਿੱਚ ਬਿਹਾਰ ਦੇ ਯੂਪੀ ਦੇ ਬਈਏ ਜਾਂਦੇ ਨੇ, ਜਿਨ੍ਹਾਂ ਨੂੰ ਕਮਾਈ ਕਰਨ ਦੇ ਲਈ ਕਿਰਤ ਕਰਨ ਦੇ ਲਈ ਰੱਖਿਆ ਜਾਂਦਾ। ਇੱਕ ਪਰਿਵਾਰ ਦੇ ਵਿੱਚ 4 ਤੋਂ 10 ਮੈਂਬਰ ਨੇ, ਉਹ 4 ਤੋਂ 10 ਮੈਂਬਰ ਜਿਹੜੇ ਨੇ ਇੱਕ ਬਈਏ ਨੂੰ ਪੰਜਾਬੀ ਨਹੀਂ ਸਿਖਾ ਸਕੀ, ਜਿਹੜਾ ਇੱਕ ਬਈਆ ਉਹ ਸਾਰਿਆਂ ਨੂੰ ਹਿੰਦੀ ਸਿਖਾ ਦਿੰਦਾ। ਅਸੀਂ ਕਿਸੇ ਦੇ ਨਾਲ ਜਦੋਂ ਗੱਲ ਕਰਦੇ, ਤੁਸੀਂ ਗੁਜਰਾਤੀ ਦੇ ਨਾਲ ਗੱਲ ਕਰੋ, ਮਰਦੇ ਮਰ ਜਾਓਗੇ, ਤੁਸੀਂ ਹਿੰਦੀ ਪੰਜਾਬੀ 'ਚ ਗੱਲ ਕਰੋ ਤੁਹਾਡੇ ਨਾਲ ਪੰਜਾਬੀ ਨਹੀਂ ਬੋਲੇਗਾ, ਤੁਸੀਂ ਹਿੰਦੀ 'ਚ ਗੱਲ ਕਰੋ ਤੁਹਾਡੇ ਨਾਲ ਗੁਜਰਾਤੀ ਭਾਸ਼ਾ ਤੋਂ ਤਸ ਤੋਂ ਮਸ ਨਹੀਂ ਹੋਏਗਾ। ਕਦੀ ਆਪਣੀ ਮਾਂ ਬੋਲੀ ਗੁਜਰਾਤੀ ਅਤੇ ਮਹਾਰਾਸ਼ਟਰ ਜਿੱਥੇ ਮਰਜ਼ੀ ਬੈਠੇ ਹੋਣ, ਜੇ ਸਾਡੇ ਵਰਗੇ ਵਿੱਚ ਬਹਿ ਜਾਣਾ, ਗੁਜਰਾਤੀ ਭਾਸ਼ਾ ਅਤੇ ਮਹਾਰਾਸ਼ਟਰ ਦੋਵੇਂ ਬੋਲਦੇ ਨੇ। ਇਹ ਜਿਹੜੀਆਂ ਭਾਸ਼ਾਵਾਂ ਨੇ, ਇਹ ਜਿਹੜਾ ਸਾਡਾ ਦਸਵੰਧ ਹੈ, ਹਰ ਇੱਕ ਸਿੱਖ ਨੂੰ ਤਾਕੀਦ ਹੈ ਕਿ ਉਹਨੇ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਹੈ ਅਤੇ ਉਹਨੂੰ ਸਿੱਖਾਂ ਦੇ ਨਿਮਿੱਤ ਵਰਤਣਾ ਜਿੱਥੇ ਲੋੜ ਪੈਂਦੀ ਹੈ। ਪਰੰਤੂ ਅੱਜ ਸਾਡਾ ਜੰਮਣਾ ਅਤੇ ਸਾਡਾ ਵਿਆਹਣਾ ਅਤੇ ਸਾਡਾ ਮਰਨਾ, ਜੋ ਗੁਰੂ ਸਾਹਿਬ ਨੇ ਸਾਨੂੰ ਸੰਸਕਾਰ ਦਿੱਤੇ ਸੀ, ਅਸੀਂ 4 ਸੰਸਕਾਰਾਂ ਤੋਂ ਲਾਂਭੇ ਹੋ ਗਏ। ਜਦੋਂ ਜੰਮਦਾ ਹੈ ਬੱਚਾ, ਅਸੀਂ ਲੱਖਾਂ ਰੁਪਈਆ ਖਰਚ ਕਰ ਦਿੰਦੇ ਹਾਂ ਵਿਆਹ ਦੇ ਸਮੇਂ, 5 ਲੱਖ ਤੋਂ ਲੈ ਕੇ 5 ਕਰੋੜ ਤੱਕ ਸਾਡਾ ਜਿਹੜਾ ਵਿਆਹ ਉਹ ਪਹੁੰਚ ਚੁੱਕਾ ਹੈ। ਪਰ ਉਸ 5 ਲੱਖ ਜਾਂ 5 ਕਰੋੜ ਦੇ ਵਿੱਚੋਂ ਸਾਡੇ ਧੀ ਜਾਂ ਪੁੱਤਰ ਦੇ ਹਿੱਸੇ ਕਿੰਨਾ ਆਉਂਦਾ? ਅਸੀਂ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦੇ ਵਿੱਚ ਆਪਣਾ ਨੱਕ ਵੱਡਾ ਕਰਨ ਵਾਲੇ ਪਾਸੇ ਲੱਗੇ ਰਹਿੰਦੇ ਹਾਂ, ਅਤੇ ਜਿਹੜੀ ਆਪਣੀ ਕਿਰਤ ਕਮਾਈ ਦੀ ਪੂੰਜੀ ਹੈ ਉਹ ਉਹਨਾਂ ਵਿਆਹਾਂ ਦੇ ਵਿੱਚ ਉਜਾੜ ਦਿੰਦੇ ਹਾਂ, ਕਿਉਂਕਿ ਸਾਡੇ ਕੋਲ ਆਪਣੀ ਧੀ ਜਾਂ ਆਪਣੇ ਪੁੱਤਰ ਨੂੰ ਦੇਣ ਦੇ ਲਈ ਪਿੱਛੇ ਕੁਝ ਬਚਦਾ ਨਹੀਂ। ਪਰ ਵਿਆਹ ਜਿਹੜਾ ਹੈ ਉਹ 4 ਲਾਵਾਂ ਨੇ, ਸਾਡੇ ਜਿਹੜੇ ਗੁਰ ਅਸਥਾਨ ਨੇ, ਸਾਡੇ ਗੁਰਦੁਆਰੇ ਨੇ, ਉਹ 64 ਸਾਲ ਨੇ, ਉਹ ਸਾਡੀਆਂ ਟਕਸਾਲਾਂ ਨੇ, ਜਿੱਥੇ ਸਿੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਦਾ ਸੰਬੰਧ ਹੈ। ਇੱਕ ਸਿੱਖ ਦਾ ਬੱਚਾ ਹੁੰਦਾ, ਉਹਦੀ ਅਰਦਾਸ ਕਿੱਥੇ ਹੁੰਦੀ? ਸ਼ੁਕਰਾਨੇ ਦੀ, ਗੁਰਦੁਆਰੇ। ਇੱਕ ਸਿੱਖ ਦੇ ਬੱਚੇ ਦਾ ਵਿਆਹ ਕਿੱਥੇ ਹੁੰਦਾ? ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਪੜ੍ਹ ਕੇ 4 ਪਰਿਕਰਮਾ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਨੇ। ਇੱਕ ਸਿੱਖ ਮਰਦਾ, ਉਹਦੇ ਲਈ ਸੋਹਿਲਾ ਪਾਠ ਤੇ ਅਰਦਾਸ ਕੀਤੀ ਜਾਂਦੀ ਹੈ, ਤੇ ਅਲਾਣੀਆਂ ਜਾਂ ਸੱਦ ਬਾਣੀ ਦਾ ਪਾਠ ਜਾ ਕੇ ਗੁਰਦੁਆਰੇ ਹੁੰਦਾ ਹੈ। ਪੈਲਸ ਜਿਹੜਾ ਸੱਭਿਆਚਾਰ ਹੈ, ਰਿਜੈਂਟ ਜਿਹੜਾ ਰਿਜ਼ੋਰਟ ਆ ਗਏ ਨੇ ਸਾਡੇ ਸਮਾਜ ਦੇ ਵਿੱਚ, ਉਹਨਾਂ ਜਿਹੜਾ ਸਾਡੇ ਗੁਰਦੁਆਰੇ ਬਣਾਏ ਸਨ, ਇਹ ਸਿੱਖਾਂ ਦੇ ਕਾਰ ਵਿਹਾਰ ਦੇ ਲਈ ਬਣਾਏ ਸਨ। ਮੈਂ ਖੁਦ ਵੇਖਦੀ ਰਹੀ ਹਾਂ ਕਿ ਸਾਡੇ ਪਿੰਡ ਵਿੱਚ ਜਦੋਂ ਕਿਸੇ ਦੀ ਬਰਾਤ ਆਉਂਦੀ ਸੀ, ਉਹਦਾ ਢੁਕਾ ਗੁਰਦੁਆਰੇ ਹੁੰਦਾ ਸੀ, ਗੁਰਦੁਆਰੇ ਵਿੱਚ ਸਵਾਗਤ ਹੁੰਦਾ ਸੀ, ਗੁਰਦੁਆਰੇ ਦਾ ਭਾਈ ਗੁਰਦੁਆਰੇ ਖੜ੍ਹਾ ਅਰਦਾਸ ਕਰਦਾ ਸੀ, ਫਿਰ ਅੱਗੇ ਜਾ ਕੇ ਚਾਹ ਪਾਣੀ ਪਿਲਾ ਕੇ ਉਹਨਾਂ ਦਾ ਆਨੰਦ ਕਾਰਜ ਹੁੰਦਾ ਸੀ। ਗੁਰਦੁਆਰੇ ਦੇ ਵਿੱਚ ਕੋਈ ਮਾੜੀ ਕੁਰੀਤੀ ਪ੍ਰਵੇਸ਼ ਨਹੀਂ ਕਰ ਸਕਦੀ। ਅੱਜ ਮਾਫ ਕਰਨਾ, ਸਾਡੇ ਵਿਆਹ ਕੋਈ ਇਹੋ 2 ਜਾਂ 1% ਪਰਿਵਾਰ ਹੋਣਗੇ ਜਿਨ੍ਹਾਂ ਦੇ ਵਿੱਚ ਸ਼ਰਾਬ ਦੀ ਵਰਤੋਂ ਨਹੀਂ ਹੁੰਦੀ। ਅਸੀਂ ਆਪਣੀ ਕਮਾਈ, ਗੁਰੂ ਸਾਹਿਬ ਨੇ ਕਿਹਾ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਬਰਾਤ ਦਾ ਪ੍ਰਵੇਸ਼ ਹੋਇਆ, ਭਾਈ ਸਾਹਿਬ ਨੇ ਅਰਦਾਸ ਕੀਤੀ ਹੈ, ਤੇ ਅੱਗੇ ਜਾ ਕੇ ਸ਼ਰਾਬ ਵਾਲੇ ਜਿਹੜੇ ਬੋਤਲਾਂ ਫੜ ਕੇ ਬਰਾਤ ਦਾ ਸਵਾਗਤ ਕਰਨ ਲਈ ਖੜੇ ਨੇ। ਇੱਥੇ ਸਾਡਾ ਸਿੱਖ ਫਲਸਫਾ ਕਿੱਥੇ ਗਿਆ? ਕਿਹੜੀ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਸਿੱਖ ਦਾ ਆਨੰਦ ਕਾਰਜ ਸ਼ਰਾਬ ਤੋਂ ਬਿਨਾਂ ਨਹੀਂ ਹੋ ਸਕਦਾ? ਗੱਲ ਲਾਵਾਂ ਦੀ ਹੈ। ਮੇਰੇ ਇੱਕ ਸਹਿਪਾਠੀ ਨੇ, ਮੇਰੇ ਨਾਲ ਪੜ੍ਹੇ ਨੇ ਪ੍ਰੋਫੈਸਰ ਗੁਰਮੇਲ ਸਿੰਘ,
ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਨੇ, ਗੁਰਸਿੱਖ ਜੀਵਨ ਵਾਲੇ ਨੇ। 2005-06 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ। ਖਰਚਾ ਪਤਾ ਕਿੰਨਾ ਲੱਗਾ? ਕੇਵਲ ਤੇ ਕੇਵਲ 3500 ਰੁਪਈਆ। ਉਹਦੇ ਵਿੱਚੋਂ ਵੀ 2000 ਰੁਪਈਆ ਜਿਹੜਾ ਸੀ ਗੱਡੀ ਵਾਲੇ ਨੇ ਲੈ ਲਿਆ। ਇੱਕ ਸੂਟ ਸਵਾਇਆ ਗੁਰੂ ਦੇ ਪਿਆਰਿਓ, ਕੜਾ ਪ੍ਰਸ਼ਾਦ ਦੀ ਦੇਗ ਦੇ ਵਿੱਚ 400-500 ਰੁਪਈਏ ਤੋਂ ਉੱਪਰ ਨਹੀਂ ਲੱਗਦਾ। ਤੇ ਜਿਸ ਪਿਤਾ ਨੇ ਆਪਣੀ ਧੀ ਲਾਡਾਂ ਦੇ ਨਾਲ ਪਾਲੀ ਹੈ, ਉਹਦਾ ਹੱਥ ਸਾਡੇ ਹੱਥ ਵਿੱਚ ਫੜਾ ਰਿਹਾ, ਤੇ ਉਹਦੇ ਵਾਸਤੇ ਜੇਕਰ ਸਾਡੇ ਘਰ ਵਿੱਚ ਇੱਕ ਮੰਜਾ ਤੇ ਇੱਕ ਬਿਸਤਰਾ ਨਹੀਂ, ਤੇ ਅਸੀਂ ਆਪਣੇ ਪੁੱਤਰ ਦਾ ਵਿਆਹ ਹੀ ਕਿਉਂ ਕਰਨ ਲੱਗੇ ਹਾਂ? ਅਸੀਂ ਉਹਨਾਂ ਨੂੰ ਜੰਮਿਆ ਹੀ ਕਿਉਂ ਹੈ ਜੇਕਰ ਅਸੀਂ ਉਹਨਾਂ ਨੂੰ 2 ਵਰਤ ਦੀ ਰੋਟੀ, ਇੱਕ ਪਿਓ ਆਪਣੇ ਧੀ ਨੂੰ ਪੁੱਤਰ ਨਾਲੋਂ ਜ਼ਿਆਦਾ ਵੱਧ ਕੇ ਪਿਆਰ ਕਰਦਾ, ਤੇ ਧੀਆਂ ਪੁੱਤਰਾਂ ਨਾਲੋਂ ਵੱਧ ਸਤਿਕਾਰ ਆਪਣੇ ਮਾਂ ਪਿਓ ਦਾ ਕਰਦੀਆਂ, ਤੇ ਜਦੋਂ ਪਿਓ ਦੇ ਪੈਰ ਵਿੱਚ ਕੋਈ ਕੰਡਾ ਵੱਜਦਾ, ਪੁੱਤਰ ਨਾਲੋਂ ਜ਼ਿਆਦਾ ਤਕਲੀਫ ਧੀ ਨੂੰ ਹੁੰਦੀ ਹੈ। ਤੇ ਉਹ ਧੀਆਂ ਜਦੋਂ ਅਸੀਂ ਵਿਆਹ ਕੇ ਲਿਆਉਂਦੇ ਹਾਂ, ਤੇ ਉਦੋਂ ਅਸੀਂ ਜੋ ਉਹਨਾਂ ਨਾਲ ਦੁਰਵਿਹਾਰ ਕਰਦੇ ਹਾਂ, ਇਹਦਾ ਕਾਰਨ ਹੈ ਕਿ ਅਸੀਂ ਆਪਣੇ ਗੁਰੂ ਦੇ ਜੋ ਸਿਧਾਂਤ ਹੈ ਉਹਦੇ ਨਾਲੋਂ ਪਛੜੇ ਹੈ। ਤੇ ਜਿਵੇਂ ਜਿਵੇਂ ਅਸੀਂ ਗੁਰਬਾਣੀ ਤੋਂ ਦੂਰ ਜਾਵਾਂਗੇ, ਤਿਵੇਂ ਤਿਵੇਂ ਅਸੀਂ ਆਪਣੇ ਸਮਾਜ ਤੋਂ, ਆਪਣੇ ਫਰਜ਼ਾਂ ਤੋਂ ਦੂਰ ਹਟਾਂਗੇ। ਜੋ ਗੁਰੂ ਸਾਹਿਬ, ਗੁਰੂ ਸਤਿਗੁਰ ਦਾ ਗੁਰੂ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਿ ਗੁਰੂ ਦੇ ਸਿੱਖੋ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲੋ। ਇਹ ਜਿਹੜੀ ਦਸਵੰਧ ਦੀ ਮਰਿਆਦਾ ਹੈ, ਇਹ ਭੁੱਖਿਆਂ ਦੇ ਮੂੰਹ ਵਿੱਚ ਰੋਟੀ ਪਾਉਣ ਵਾਲੀ ਹੈ। ਕਿਸੇ ਜਿਸ ਦੇ ਘਰ ਦੀ ਛੱਤ ਨਹੀਂ, ਉਹਦੇ ਸਿਰ ਦੇ ਉੱਤੇ ਛੱਤ ਪਾਉਣ ਦੇ ਲਈ ਇਸ ਮਾਇਆ ਵਰਤੋ। ਜਿੰਨੇ ਇਹ ਕੁਝ ਭਿਖਾਰੀ ਜਾਂ ਮੰਗਤੇ ਨੇ, ਉਹਨਾਂ ਨੂੰ ਹੱਥ ਬਖਸ਼ੇ ਨੇ। ਜੇਕਰ ਮੇਰੇ ਕੋਈ ਭਿਖਾਰੀ ਭੀਖ ਮੰਗੇ ਤਾਂ ਮੈਂ ਦਿੰਦੀ ਨਹੀਂ ਹੁੰਦੀ। ਮੇਰਾ ਅੱਗੋਂ ਜੋ ਉਹਨਾਂ ਨੂੰ ਮੈਂ ਬੋਲਦੀ ਹਾਂ ਕਿ 2 ਹੱਥ ਦਿੱਤੇ ਨੇ, ਉਹਨਾਂ ਨੂੰ ਵਰਤੋ, ਉਹਨਾਂ ਦੇ ਨਾਲ ਆਪਣੀ ਰੁਜ਼ਗਾਰ ਕਮਾਓ, ਆਪ ਵੀ ਖਾਓ ਅਤੇ ਦੂਜਿਆਂ ਨੂੰ ਵੀ ਖਵਾਓ। ਗੁਰੂ ਸਾਹਿਬ ਜੀ ਨੇ ਚੂੜ ਕਾਣੇ ਦੇ ਸਥਾਨ ਦੇ ਉੱਤੇ ਇੱਕ ਜਿਹੜਾ ਹੈ ਸੱਚਾ ਸੌਦਾ ਕੀਤਾ ਸੀ। ਉਸ ਸੱਚੇ ਸੌਦੇ ਤੋਂ ਸ਼ੁਰੂ ਹੋ ਕੇ ਦਸਮ ਪਾਤਸ਼ਾਹ ਜੀ ਤੱਕ ਜਿੰਨਾ ਜੀਵਨ ਦਾ ਉਹਨਾਂ ਦਾ ਫਲਸਫਾ ਮਿਲਦਾ, ਉਹ ਸਾਨੂੰ ਕਿਰਤ ਦੇ ਨਾਲ ਜੋੜਦਾ ਹੋਇਆ। ਜਿਹੜਾ ਕਿਰਤੀ ਹੈ ਉਹ ਗੁਰਦੁਆਰੇ ਜਾਏਗਾ, ਗੁਰਦੁਆਰੇ ਜਾ ਕੇ ਸੇਵਾ ਕਮਾਈ ਕਰੇਗਾ, ਸਤਸੰਗਤ ਕਰੇਗਾ, ਉਹਦੇ ਅੰਦਰ ਨਾਮ ਦਾ ਬੀਜ ਬੀਜੇਗਾ। ਤੇ ਜਿਹਦੇ ਅੰਦਰ ਨਾਮ ਦਾ ਵਾਸਾ ਹੋਏਗਾ, ਉਹ ਆਪਣੇ ਹੱਥੀਂ ਅਕਲੀ ਸਾਹਿਬ ਸੇਵੀਐ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀਏ, ਅਕਲੀ ਕੀਚੇ ਦਾਨ। ਜਦੋਂ ਉਹ ਪਰਮਾਤਮਾ ਨੂੰ ਜਾਣ ਲਵੇਗਾ, ਇੱਕ ਸਿੱਖ ਦੇ ਕੋਲ 2 ਰੋਟੀਆਂ ਨੇ, ਇੱਕ ਲਾਗੇ ਭੁੱਖਾ ਬੈਠਾ। ਸਾਡਾ ਇਤਿਹਾਸ ਜਾਂ ਸਾਡਾ ਗੁਰਮਤਿ ਫਲਸਫਾ ਇਸ ਗੱਲ ਦੀ ਗਵਾਹੀ ਭਰਦਾ ਕਿ ਉਹ ਜਿਹੜਾ ਰੋਟੀ ਰੋਜੀ ਹੈ, ਆਪਾਂ ਭਾਵੇਂ ਖਾਵੇ ਨਾ ਖਾਵੇ ਦੂਜੇ ਨੂੰ ਦੇਵੇਗਾ, ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਿੱਥੇ ਲੋੜ ਹੈ, ਖਾਸ ਕਰ ਕਿਸੇ ਨੂੰ ਪੜ੍ਹਾਉਣ ਦਾ ਜਿਹੜਾ ਫਲ ਹੈ, ਜੋ ਪੜ੍ਹਾਉਣ ਦਾ ਜਿਹੜਾ ਹੁਕਮ ਹੈ ਗੁਰੂ ਸਾਹਿਬ ਦਾ, ਇਸ ਤੋਂ ਵੱਡਾ ਕੋਈ ਪੁੰਨ ਨਹੀਂ। ਵੈਸੇ ਪੁੰਨ ਜਾਂ ਪਾਪ ਨੂੰ ਸਾਡਾ ਫਲਸਫਾ ਨਹੀਂ ਮੰਨਦਾ, ਪਰ ਸਮਾਜ ਦੀ ਭਲਾਈ ਦੇ ਲਈ ਕਿਸੇ ਗੁਰਸਿੱਖ ਬੱਚੇ ਜਾਂ ਬੱਚੀ ਦੀ ਬਾਂਹ ਫੜ ਕੇ ਉਹਨੂੰ ਵਿਦਿਆ ਦੇ ਪੱਧਰ ਤੇ ਉੱਚਾ ਚੁੱਕੋ, ਉਹ ਬੱਚਾ ਸਾਰੀ ਉਮਰ ਤੁਹਾਡਾ ਤੇ ਸਾਡੇ ਸਿੱਖੀ ਦਾ, ਸਾਡੇ ਸਿੱਖ ਧਰਮ ਦਾ ਅਹਿਸਾਨਮੰਦ ਰਹੇਗਾ ਕਿ ਜਦੋਂ ਮੈਨੂੰ ਸਾਰੇ ਪਾਸਿਆਂ ਤੋਂ ਕਿਸੇ ਨੇ ਮੇਰੀ ਬਾਂਹ ਨਹੀਂ ਸੀ ਫੜੀ, ਉਦੋਂ ਗੁਰੂ ਨਾਨਕ ਦੇ ਘਰ ਨੇ ਮੈਨੂੰ ਆਪਣੀ ਹਿੱਕ ਨਾਲ ਲਾਇਆ ਸੀ। ਸੋ ਇੰਨੀਆਂ ਕੁ ਵਿਚਾਰਾਂ ਕਰਦੀ ਹੋਈ ਭਾਈ ਸਾਹਿਬ ਨੇ ਜਿੰਨਾ ਸਮਾਂ ਦਿੱਤਾ ਸੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜੇ ਮੈਂ ਸਟਾਰਟਿੰਗ ਵਿੱਚ ਕਿਹਾ ਸੀ ਕਿ ਤੁਹਾਡੀ ਸੰਗਤ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਮੈਂ ਉਹ ਆਨੰਦ ਮਿਲਦਾ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ, ਅਤੇ ਆਪ ਜੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਜੋ ਵਿਚਾਰ ਸਨ ਉਹ ਸੁਣੇ ਨੇ, ਅਤੇ ਭਾਈ ਸਾਹਿਬ ਜੀ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਿ ਇਹਨਾਂ ਨੇ ਦੂਜੀ ਵਾਰ ਮੇਰਾ ਅੱਜ ਦਾ ਆਪ ਜੀ ਦੇ ਨਾਲ ਜਿਹੜਾ ਲੈਕਚਰ ਹੈ ਕਰਵਾਇਆ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ।